ਬੰਦਾ ਜੰਮਦਾ ਨਹੀਂ ਪਹਿਚਾਣ ਲੈ ਕੇ ਉਹਦੇ ਕੰਮਾਂ ਨਾਲ ਉਹਦੀ ਪਹਿਚਾਣ ਬਣਦੀ। ਬੰਦਾ ਜੰਮਦਾ ਨਹੀਂ ਪਹਿਚਾਣ ਲੈ ਕੇ ਉਹਦੇ ਕੰਮਾਂ ਨਾਲ ਉਹਦੀ ਪਹਿਚਾਣ ਬਣਦੀ। ਪੁੱਤ ਵੈਲੀ ਹੋ ਜੇ ਨਿੱਤ ਚੰਦ ਚਾੜੇ ਅਤੇ ਕਮਾਈ ਪੁੱਤ ਦੀ ਪਿਤਾ ਦੀ ਸ਼ਾਨ ਬਣਦੀ। ਜੱਟ ਜੰਮੇ ਤਾਂ ਜਾਂਦੀ ਜ਼ਮੀਨ ਵੰਡੀ, ਲਾਲਾ ਜੰਮੇ ਤਾਂ ਨਵੀਂ ਦੁਕਾਨ ਬਣਦੀ, ਲਾਲਾ ਜੰਮੇ ਤਾਂ ਨਵੀਂ ਦੁਕਾਨ ਬਣਦੀ। ਪੰਜਾਬ ਬਾਰੇ ਬਿਆਨ ਕਰਦੀਆਂ ਇਹਨਾਂ ਸੱਚਾਈਆਂ ਦੇ ਨਾਲ ਮੈਂ ਹਾਜ਼ਰ ਹਾਂ ਜੀ, ਜਗਤਾਰ ਸਿੰਘ ਜੱਗੀ। ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਜੀ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਵੈਸੇ ਤਾਂ ਅੱਜ ਉੱਡਦੀਆਂ ਖਬਰਾਂ ਹੀ ਹੁੰਦੀਆਂ, ਖਬਰਾਂ ਦੀ ਗੱਲਬਾਤ ਕਰੀ ਦੀ ਹੈ, ਜੱਗੋਂ 13ਵੀਆਂ ਖਬਰਾਂ ਦੀ ਗੱਲਬਾਤ ਕਰੀ ਦੀ ਹੈ, ਪਰ ਉਸ ਤੋਂ ਪਹਿਲਾਂ ਕੁਝ ਖਬਰਾਂ ਸਾਡੇ ਮੇਰੇ ਭਾਰਤ ਮਹਾਨ ਦੀਆਂ ਇੱਕ ਦੋ ਉੱਡਦੀਆਂ ਉੱਡਦੀਆਂ ਸਾਂਝੀਆਂ ਕਰ ਲੈਂਦੇ ਹਾਂ। ਇਹ ਕੇਜਰੀਵਾਲ ਸਾਹਿਬ ਨੇ ਕਹਿੰਦੇ ਭਰੇ ਨੇ ਨਾਮਾਂਕਣ ਪੱਤਰ, ਜਿਹੜੇ ਉਹ ਜਿਹੜੇ ਵੋਟਾਂ 'ਚ ਖੜ੍ਹੇ ਹੋਣ ਵਾਸਤੇ ਲੀਡਰ ਭਰਦੇ ਹੁੰਦੇ ਆ, ਉਹ ਭਰੇ ਸੀ। ਪਹਿਲੇ ਦਿਨ ਗਏ ਤਾਂ ਉਹ ਕਹਿੰਦੇ ਜੀ ਤੁਸੀਂ ਲੇਟ ਹੋ ਗਏ ਤਾਂ ਅੱਜ ਤੁਹਾਡੇ ਭਰ ਨਹੀਂ ਹੋਣੇ, ਅਤੇ ਦੂਜੇ ਦਿਨ ਸੁੱਖ ਨਾਲ 6.5 ਘੰਟੇ ਲਾਈਨ ਦੇ ਵਿੱਚ ਲੱਗ ਕੇ ਅਤੇ ਉਹਨਾਂ ਨੇ ਨਾਮਾਂਕਣ ਪੱਤਰ ਭਰਿਆ। ਔਰ ਇਹ ਵਰਲਡ ਦਾ ਰਿਕਾਰਡ ਹੈ, ਦੁਨੀਆ ਭਰ ਦਾ ਰਿਕਾਰਡ ਆ ਕਿ ਕੋਈ ਮੁੱਖ ਮੰਤਰੀ ਜਾਂ ਕੋਈ ਕੈਂਡੀਡੇਟ ਜਿਹੜਾ ਨਾਮਾਂਕਣ ਪੱਤਰ ਭਰਨ ਵਾਸਤੇ ਆਪਣਾ ਇੰਨਾ ਟਾਈਮ ਕਿਸੇ ਨੂੰ ਲੱਗਿਆ ਹੋਵੇ। ਔਰ ਟਾਈਮ ਲੱਗਿਆ ਕਿਉਂ ਹੈ ਇਹ ਵੀ ਸੁਣ ਲਓ ਜੀ। ਕਹਿੰਦੇ ਜੀ ਪਹਿਲੇ ਦਿਨ ਤਾਂ ਚਲੋ ਰੋਡ ਸ਼ੋਅ ਕਰਦੇ ਸੀ, ਲੇਟ ਹੋ ਗਏ ਅਤੇ ਵਾਕਿਆ ਹੀ ਚਲੋ ਜਦ ਤੱਕ ਟਾਈਮ ਹੋ ਗਿਆ ਹੋਊਗਾ 5 ਵੱਜ ਗਏ ਹੋਣੇ, ਨਹੀਂ ਹੋਏ ਉਹ ਤੋਂ ਬਾਅਦ ਚਲੋ ਓਕੇ ਹੈ ਜੀ। ਅਗਲੇ ਦਿਨ ਕਹਿੰਦੇ ਜੀ ਅਸੀਂ 2 ਵਜੇ ਉੱਥੇ ਪਹੁੰਚੇ ਅਤੇ ਉਦੋਂ ਪਹਿਲੇ 44 ਬੰਦੇ 44 ਬੰਦੇ ਇਹਨਾਂ ਤੋਂ ਪਹਿਲਾਂ ਸੀਗੇ ਅਤੇ 45ਵੇਂ ਇਹ ਸੀ ਜਿਹੜੇ ਨਾਮ ਅੰਕਣ ਦਰਜ ਕਰਨ ਆਏ ਹੋਏ ਸੀਗੇ। ਲੱਗਦਾ ਸੱਚਾਈ ਨਹੀਂ ਹੈ, ਕੇਜਰੀਵਾਲ ਸਾਹਿਬ ਕਹਿੰਦੇ ਨਹੀਂ ਸੱਚਾਈ, ਪਰ ਲੱਗਦਾ ਇਹ ਹੈ ਵੀ ਉਹ ਨਾਮਾਂਕਣ ਪੱਤਰ ਭਰਨ ਵਾਲੇ ਜਿਹੜੇ ਕੁਛ ਨਾ ਕੁਛ ਵੈਸੇ ਹੀ ਲਾਈਨ 'ਚ ਲਾ ਲਿਆ, ਉਹਨਾਂ ਨੇ ਆਪਣਾ ਟੋਕਨ ਲਾ ਕੇ ਬਹਿ ਗਏ ਅਤੇ ਉਦੋਂ ਬਾਅਦ ਠੀਕ ਹੈ ਜੀ ਲਾ 'ਤੇ ਜਾਂ ਲਾਈਨ 'ਚ ਲਵਾ 'ਤੇ ਵੀ ਤੁਸੀਂ ਲੱਗੋ ਜੀ, ਖੱਜਲ ਕਰੋ ਬੰਦੇ ਨੂੰ, ਪਰ ਐਂ ਖੱਜਲ ਨਹੀਂ ਹੁੰਦੇ ਜੇ ਲੋਕ ਜੀ ਦੇ ਨਾਲ ਹੋਣ ਤਾਂ ਉਹ ਸ਼ਾਇਦ ਖੱਜਲ ਨਹੀਂ ਹੁੰਦਾ। ਹੁਣ ਇਹ ਕਿੰਨੇ ਕੁ ਲੋਕ ਨਾਲ ਨੇ ਕੇਜਰੀਵਾਲ ਦੇ, ਬਸ ਹੁਣ ਆ ਗਈ ਫਰਵਰੀ 8 ਨੂੰ ਵੋਟਾਂ ਅਤੇ 11 ਨੂੰ ਫਿਰ ਸਾਹਮਣੇ ਰਿਜ਼ਲਟ ਆ ਜਾਣੇ ਸਾਰੇ ਵੀ ਕਿੰਨੇ ਕੁ ਨਾਲ ਨੇ, ਪਰ ਲੱਗਦਾ ਵੀ ਨਾਲ ਹੈਗੇ ਆ। ਅਗਲੀ ਖਬਰ ਕਹਿੰਦੇ ਜੀ ਅਮਿਤ ਸ਼ਾਹ ਜੀ ਨੇ ਬੜਾ ਹਿੱਕ ਠੋਕ ਕੇ ਕਿਹਾ ਵੀ CAA ਦਾ ਜਿਹੜਾ ਹੈਗਾ ਕਾਨੂੰਨ ਹੈ, ਦੁਨੀਆ ਦਾ ਜਿਹੜਾ ਮਰਜ਼ੀ ਬੰਦਾ ਜਿਹਨੇ ਮਰਜ਼ੀ ਜੋ ਮਰਜ਼ੀ ਕਰ ਲਓ, ਮੈਂ ਇਹ ਵਾਪਸ ਨਹੀਂ ਲੈਣਾ। ਮੈਂ ਤਾਂ ਕਹਿੰਦਾ ਜੀ ਉੱਚੇ ਬੋਲ ਨਾ ਬੋਲੀਏ ਅਮਿਤ ਸਾਹਿਬ, ਉੱਚੇ ਬੋਲ ਨਾ ਬੋਲੀਏ, ਕਰਤਾਰੋਂ ਡਰੀਏ। ਸਿਆਣੇ ਕਹਿੰਦੇ ਆ ਵੀ ਉਹਦੀ ਲਾਠੀ ਦੀ ਆਵਾਜ਼ ਨਹੀਂ ਹੁੰਦੀ, ਨਾਲੇ ਉਹ ਜਿਹੜਾ ਨਾ ਜਦੋਂ ਉਹ ਜਿਹਨੂੰ ਆਪਾਂ ਉਹ ਕਹਿੰਦੇ ਕਿ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਤਾਂ ਹੈ ਉਹ ਇੱਕੋ ਹੀ ਉਹ, ਅਤੇ ਉਹ ਫਿਰ ਨਾ ਘਸੁੰਨ ਮਾਰਦਾ ਅਤੇ ਨਾ ਲੱਤ ਮਾਰਦਾ, ਜਦੋਂ ਮਾਰਦਾ ਉਹ ਬੰਦੇ ਦੀ ਮੱਤ ਮਾਰਦਾ। ਸੋ ਇਸ ਤੋਂ ਪਹਿਲਾਂ ਕਿ ਤੁਹਾਡੀ ਮੱਤ ਵੱਜੇ ਅਤੇ ਥੋੜ੍ਹਾ ਜਿਹਾ ਧਿਆਨ ਨਾਲ ਬਿਆਨ ਦਿਓ, ਕਿਉਂਕਿ ਜਿਹਦੇ ਖਿਲਾਫ ਪੂਰਾ ਦੇਸ਼ ਹੋਇਆ ਫਿਰਦਾ ਉਹਦੇ 'ਚ ਕੁਛ ਨਾ ਕੁਛ ਤਾਂ ਗਲਤ ਹੋ ਸਕਦਾ, ਉਹਦੇ 'ਚ ਸਹੀ ਕੀ ਤੁਸੀਂ ਸਮਝਦੇ ਹੋ ਤੁਸੀਂ ਜਾਣਦੇ ਹੋ। ਚਲੋ ਖੈਰ ਇਸ ਗੱਲ 'ਤੇ ਵੀ ਮਿੱਟੀ ਪਾਓ। ਅਗਲੀ ਖਬਰ ਇੱਕ ਬੜੀ ਵਧੀਆ ਜੀ, ਪੰਜਾਬ ਵੀ ਅਕਸਰ ਹੋ ਸਕਦੀ, ਪੰਜਾਬ ਦੀ ਖਬਰ ਹੈ ਬੰਟਾਲੇ ਦੀ। HDFC ਬੈਂਕ ਵਿੱਚ ਡਾਕਾ ਪਿਆ, ਇਹ ਕੋਈ ਨਵੀਂ ਗੱਲ ਨਹੀਂ, ਡਾਕੇ ਰੋਜ਼ ਪੈਂਦੇ ਆ, ਕਈ ਪੈਂਦੇ ਨੇ, ਪਰ ਇਸ ਡਾਕੇ ਦੀ ਖਾਸੀਅਤ ਇਹ ਹੈ ਵੀ ਇਹਦੇ 'ਚ 5 ਲੱਖ ਰੁਪਈਆ ਲੁੱਟਿਆ ਗਿਆ, ਇਹ ਵੀ ਕੋਈ ਖਾਸ ਗੱਲ ਨਹੀਂ, 50-50 ਲੱਖ ਵੀ ਲੁੱਟਿਆ ਜਾਂਦਾ ਹੈ। ਖਾਸ ਗੱਲ ਇਹ ਹੈ ਬੰਡਾਲੇ ਦੇ ਵਿੱਚ ਡਾਕਾ ਪਿਆ, ਖਾਸ ਗੱਲ ਇਹ ਹੈ ਇਹਦੀ ਖਾਸੀਅਤ ਇਹ ਹੈ ਕਿ ਲੁੱਟਿਆ ਗਿਆ ਸੀ ਸੁੱਖ ਨਾਲ 56,000 ਅਤੇ ਮੈਨੇਜਰ ਨੇ ਲਿਖਾਇਆ 5 ਲੱਖ। ਉਹਨੇ ਸੋਚਿਆ ਵੀ ਵੱਜ ਗਈ 4.5 ਲੱਖ ਦੀ ਕੁੰਡੀ, ਪਰ ਜਦੋਂ ਛਾਣਬੀਣ ਕੀਤੀ ਤਾਂ ਪਤਾ ਲੱਗਿਆ ਵੀ 56,000 ਹੀ ਲੁੱਟਿਆ ਗਿਆ। ਇਹ ਵੀ ਉਹ ਹਾਲ ਹੋ ਗਿਆ ਕਿ ਡਾਕੂ ਕਿਤੇ ਡਾਕਾ ਮਾਰ ਕੇ ਆਏ ਕਿਸੇ ਬੈਂਕ ਦੇ ਵਿੱਚ, ਉਹ ਕਹਿੰਦੇ ਵੀ ਗਿਣ ਲਈਏ ਕਿੰਨੇ ਕੁ ਪੈਸੇ ਨੇ, ਅਤੇ ਸਰਦਾਰ ਡਾਕੂਆਂ ਦਾ ਬੋਲਿਆ ਵੀ ਗਿਣਨ ਦੀ ਕੀ ਲੋੜ ਹੈ, ਕੱਲ੍ਹ ਨੂੰ ਅਖਬਾਰ 'ਚ ਪੜ੍ਹ ਲਾਂਗੇ, ਚਲੋ ਇੰਜੋਏ ਕਰਕੇ ਸੌਂ ਸੂਗੇ। ਜਦ ਨੂੰ ਅਖਬਾਰ ਪੜ੍ਹੀ ਸਵੇਰੇ, ਅਖਬਾਰ ਦੇ ਵਿੱਚ ਲਿਖਿਆ ਵੀ ਡਾਕੂ 12 ਲੱਖ ਰੁਪਈਆ ਲੁੱਟ ਕੇ ਲੈ ਗਏ ਬੈਂਕ 'ਚੋਂ, ਉਹਨਾਂ ਨੂੰ ਚਾਅ ਚੜ੍ਹ ਗਏ ਵੀ ਅੱਜ 12 ਲੱਖ ਰੁਪਈਆ ਆ ਗਿਆ, ਅਤੇ ਜਦੋਂ ਗਿਣਿਆ ਤਾਂ ਵਿੱਚੋਂ ਨਿਕਲਿਆ 7.5 ਲੱਖ। ਉਹ 7.5 ਲੱਖ ਲੈ ਕੇ ਬੈਂਕ 'ਚ ਚੱਲ ਗਏ ਵੀ ਭਾਜੀ ਅਸੀਂ 5 ਲੱਖ ਪੱਲਿਓ ਨਹੀਂ ਪਾ ਸਕਦੇ, 7.5 ਹੀ ਹੈ ਅਤੇ 7.5 ਹੀ ਲਿਖੋ ਇਹਦੇ 'ਚ ਵੀ। ਸੋ ਇਹ ਚੀਜ਼ ਇੰਡੀਆ ਦੇ ਵਿੱਚ ਆਮ ਚੱਲਦੀ ਹੈ। ਇੱਕ ਹੋਰ ਖੁਸ਼ਖਬਰੀ ਕਹਿ ਸਕਦੇ ਆ ਜਿਹੜੇ ਪੜ੍ਹਨ ਵਾਲੇ ਉੱਥੇ ਸਰਕਾਰੀ ਸਕੂਲਾਂ ਦੇ ਆਪਣੇ ਨਿਆਣੇ ਹੈਗੇ ਨੇ, ਪਹਿਲਾਂ ਕਹਿੰਦੇ ਹੁੰਦੇ ਸੀ 100 ਚੋਂ 33 ਨੰਬਰ ਆਉਣ ਤਾਂ ਬੱਚਾ ਪਾਸ ਹੁੰਦਾ ਹੈ, ਠੀਕ ਹੈ ਜੀ, ਅਤੇ ਹੁਣ ਉਹਨਾਂ ਨੇ ਕਰਤਾ ਵੀ 100 ਚੋਂ 20 ਆ ਗਏ ਤਾਂ ਵੀ ਪਾਸ ਕਰ ਦੇਣਾ, ਜਿਹੜੇ ਬੋਰਡ ਦੇ ਪੇਪਰ ਹੋਣੇ 8ਵੀਂ 10ਵੀਂ ਦੇ, 100 ਚੋਂ 20 ਆ ਗਏ ਤਾਂ ਵੀ ਪਾਸ। ਚਲੋ ਜੀ ਬੜੀ ਚੰਗੀ ਗੱਲ ਆ, 20 ਤਾਂ ਬੰਦਾ ਖਿੱਚ ਤੂੰ ਕਰਕੇ ਲੈ ਹੀ ਲੈਂਦਾ ਨਾ ਔਖਾ ਸੌਖਾ, ਅਤੇ ਵੈਸੇ ਪਰ ਇਹ ਆ ਵੀ 33ਾਂ ਦੀ ਗੱਲ 33ਾਂ ਦੀ ਸੀਗੀ, ਜਿਹੜਾ 33 ਨੰਬਰ ਆਉਣੇ ਉਹ ਅਲੱਗ ਹੀ ਨਜ਼ਾਰਾ ਸੀਗਾ,
ਅਤੇ ਕ੍ਰਿਕਟਰ ਜਿਹੜੇ ਸਾਡੇ ਹਰਭਜਨ ਸਿੰਘ ਹੈਗੇ ਉਹ ਕਿਤੇ ਮੈਚ ਖੇਡ ਰਹੇ ਸੀ ਕਿਸੇ ਟੀਮ ਦੇ ਖਿਲਾਫ਼, ਜਦੋਂ 33 ਰਨ ਬਣਾ ਲਏ ਉਹਨਾਂ ਨੇ ਅਤੇ ਉਹਨਾਂ ਨੇ ਬੈਟ ਇੱਦਾਂ ਇੱਦਾਂ ਕੀਤਾ। ਕਿਸੇ ਨੇ ਪੁੱਛਿਆ ਵੀ ਨਾ ਤੁਸੀਂ ਹਾਫ ਸੈਂਚਰੀ ਮਾਰੀ ਨਾ ਸੈਂਚਰੀ ਮਾਰੀ ਹੈ, ਬੈਟ ਇੱਦਾਂ ਇੱਦਾਂ ਲੋਕਾਂ ਵੱਲ ਨੂੰ ਉਦੋਂ ਬੰਦਾ ਕਰਦਾ ਜਦੋਂ ਹਾਫ ਸੈਂਚਰੀ ਲੱਗੀ ਹੋਵੇ ਜਾਂ ਸੈਂਚਰੀ ਲੱਗੀ ਹੋਵੇ। ਅਤੇ ਹਰਭਜਨ ਸਿੰਘ ਜੀ ਬੋਲੇ ਵੀ 33 ਨੰਬਰਾਂ ਦੀ ਜਿਹੜੀ ਵੈਲਿਊ ਆ ਉਹ ਸਿਰਫ ਜਿਹੜਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਬੰਦਾ ਪੜ੍ਹਿਆ ਉਹ ਹੀ ਦੱਸ ਸਕਦਾ ਹੈ। ਚਲੋ ਖੈਰ, ਇਹ ਗੱਲਾਂ ਬਾਤਾਂ ਹੋ ਗਈਆਂ। ਹੁਣ ਆਪਾਂ ਤੁਹਾਨੂੰ ਲੈ ਕੇ ਜਾਣਾ ਜਿਹੜੀਆਂ ਉੱਡਦੀਆਂ ਖਬਰਾਂ ਹੁੰਦੀਆਂ, ਰੰਗ ਬਿਰੰਗੀਆਂ ਖਬਰਾਂ। ਇਹਦੇ 'ਚ ਖਬਰਾਂ ਤਾਂ ਦੋ ਸੀਗੀਆਂ ਜੀ। ਪਹਿਲੀ ਚਲੋ ਮੈਂ ਪੜ੍ਹੀ ਦਿੰਦੀ, ਕਸੂਤੀ ਜੀ ਖਬਰ ਆ, ਵੈਸੇ ਚੰਗੀ ਜੀ ਨਹੀਂ ਲੱਗਦੀ ਆਪਣੇ ਸੱਭਿਆਚਾਰ ਦੇ ਵਿੱਚ, ਤਾਂ ਵਾਕਿਆ ਨਹੀਂ ਚੰਗੀ ਲੱਗਦੀ, ਐਂ ਕਰਦੇ ਕਾਹਲੀ ਕਾਹਲੀ ਪੜ੍ਹ ਲੈਂਦੇ ਹਾਂ। ਕਹਿੰਦੇ ਜੀ ਇੱਕ ਲੋਰੇਨ ਨਾਂ ਦੀ ਕੁੜੀ ਆ, ਉਹਦਾ 2004 ਦੇ ਵਿੱਚ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਉਹਦੀ ਮਾਂ ਨੇ ਉੱਤੇ 14 ਲੱਖ ਰੁਪਈਆ ਜੂਲੀ ਨੇ ਲਾਇਆ ਅਤੇ ਉਹ ਬੜੀ ਖੁਸ਼ ਹੋਈ ਅਤੇ ਉਦੋਂ ਬਾਅਦ ਉਹ ਹਨੀਮੂਨ 'ਤੇ ਗਈ ਅਤੇ ਆਪਣੀ ਮਾਂ ਨੂੰ ਵੀ ਨਾਲ ਲੈ ਗਈ। ਪਰ ਬਾਅਦ ਦੇ ਵਿੱਚ ਪਤਾ ਲੱਗਾ ਉਹਦੀ ਮਾਂ ਨੇ ਹੀ ਆਪਣੇ ਜਵਾਈ ਨਾਲ ਵਿਆਹ ਕਰਾ ਲਿਆ। ਅਤੇ ਇਹ ਕੁੜੀ ਕਹਿੰਦੀ ਵੀ ਮੈਂ ਆਪਣੇ ਹੀ ਘਰ ਵਾਲੇ ਦੇ ਵਿਆਹ 'ਚ ਵੀ ਗਈ ਦੁਬਾਰਾ, ਤਾਂ ਆਪਣੀ ਮਾਂ ਦੇ ਵਿਆਹ 'ਚ ਵੀ ਦੁਬਾਰਾ ਗਈ ਹਾਂ। ਰੱਬ ਬਚਾਵੇ ਇਹੋ ਜਿਹੀਆਂ ਖਬਰਾਂ ਤੋਂ, ਰੱਬ ਬਚਾਵੇ, ਦੂਰ ਰੱਖੇ ਦੂਰ ਰੱਖੇ ਦੂਰ ਰੱਖੇ। ਮਨੋਰੰਜਨ ਵਾਲੇ ਪਾਸੇ ਚੱਲਦੇ ਹਾਂ, ਐਂਟਰਟੇਨਮੈਂਟ ਵਾਲੇ ਪਾਸੇ ਚੱਲਦੇ ਹਾਂ। ਕੀ ਰੱਖਿਆ ਇਹਨਾਂ ਗੱਲਾਂ 'ਚ ਇਹੋ ਜਿਹੀਆਂ ਖਬਰਾਂ ਦੇ ਵਿੱਚ, ਪੁੱਠੀਆਂ ਸਿੱਧੀਆਂ ਪੰਜਾਬ ਦੀਆਂ ਖਬਰਾਂ। ਦੇਖੋ ਜੀ, ਗਾਇਕੀ ਦਾ ਸ਼ੌਕ ਹਰ ਬੰਦੇ ਨੂੰ ਹੁੰਦਾ, ਪਰ ਜਾਨਵਰਾਂ ਨੂੰ ਵੀ ਹੁੰਦਾ ਗਾਇਕੀ ਦਾ ਸ਼ੌਕ ਜਾਂ ਨਹੀਂ ਹੁੰਦਾ, ਇਹ ਆਪਾਂ ਕਈ ਵਾਰੀ ਗੱਲਾਂ ਬਾਤਾਂ ਕੀਤੀਆਂ। ਪਰ ਹੁਣ ਇੱਕ ਬੰਦਾ ਗੀਤ ਗਾ ਰਿਹਾ ਹਾਰਮੋਨੀਅਮ ਲੈ ਕੇ ਤੇਰੇ ਬਿਨ, ਅਤੇ ਨਾਲ ਉਹਦੇ ਜਿਹੜਾ ਆਪਣਾ ਕੁੱਤਾ ਭਾਈ ਸਾਹਿਬ ਨੇ ਉਹਨਾਂ ਦਾ ਰੱਖਿਆ ਹੋਇਆ ਹੈਗਾ, ਉਹ ਵੀ ਨਾਲ ਗਾਣਾ ਗਾ ਰਿਹਾ। ਔਰ ਲੱਗਦਾ ਇਹ ਹੈ, ਦੇਖ ਕੇ ਵੀਡੀਓ ਦਿਖਾਊਂਗਾ ਤੁਹਾਨੂੰ, 30 ਸੈਕਿੰਡ ਦੀ ਹੈ ਵੀਡੀਓ, ਦੇਖ ਕੇ ਇਹ ਲੱਗਦਾ ਵੀ ਕੁੱਤਾ ਥੋੜ੍ਹਾ ਜਿਹਾ ਜ਼ਿਆਦਾ ਸੁਰ 'ਚ ਹੈ ਬੰਦੇ ਨਾਲੋਂ। ਪਰ ਇਹ ਦੇਖੋ ਜੀ, ਵਾਕਿਆ ਹੀ ਪਰ ਅਸੀਂ ਅਗਰ ਗੱਲ ਕਰੀਏ, ਅਸੀਂ ਸੰਗੀਤ ਦੀ ਗੱਲ ਕਰੀਏ, ਸੰਗੀਤ ਵਾਕਿਆ ਜਾਨਵਰਾਂ ਨੂੰ ਵੀ ਪ੍ਰਭਾਵਿਤ ਕਰਦਾ 'ਚ ਕੋਈ ਸ਼ੱਕ ਨਹੀਂ। ਸਾਡੇ ਇੱਕ ਕਾਲਰ ਹੈਗੇ, ਹੁਣ ਤਾਂ ਨਹੀਂ ਕਦੇ ਕਾਲ ਆਈ, ਕਾਫੀ ਦੇਰ ਹੋ ਗਈ ਆ, ਉਹ ਕਾਲ ਕਰਦੇ ਹੁੰਦੇ, ਗਾਉਂਦੇ ਬਹੁਤ ਸੋਹਣਾ, ਅਤੇ ਉਹ ਕਹਿੰਦੇ ਵੀ ਮੈਂ ਜਦੋਂ ਗੁਰਦਾਸ ਮਾਨ ਦਾ ਗੀਤ ਗਾਉਂਦੀ ਸੀਗੀ ਅਤੇ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਲੱਗਦੀ, ਦੁਪਹਿਰ ਦਾ ਆਪਣੀ ਮੱਝ ਨੂੰ ਸੁਣਾਉਂਦੀ ਸੀ, ਤੂੰ ਮੱਝ ਦੁੱਧ ਦਿੰਦੀ ਸੀ, ਉੱਦਾਂ ਜਦੋਂ ਮੱਝ ਨੂੰ ਚੋਣ ਜਾਂਦੇ ਸੀ ਮੇਰੀ ਮੰਮੀ ਜਾਂ ਕੋਈ ਘਰ ਦੇ ਤਾਂ ਦੁੱਧ ਨਹੀਂ ਸੀ ਦਿੰਦੀ ਮੱਝ, ਫਿਰ ਜਦੋਂ ਮੈਂ ਗਾਣਾ ਸੁਣਾਉਂਦੀ ਸੀ ਉਹਨੂੰ ਅਤੇ ਉਦੋਂ ਮੱਝ ਦੁੱਧ ਚੁੱਪ ਕਰਕੇ ਦਿੰਦੀ, ਨਾ ਤੂੜੀ ਦੇ ਅੱਗੇ ਆਟਾ ਪਾਉਣਾ ਪੈਂਦਾ ਸੀ, ਕੁਛ ਨਹੀਂ ਪਾਉਣਾ ਪੈਂਦਾ। ਸੋ ਇਸ ਕਰਕੇ ਇਹ ਕਹਿ ਸਕਦੇ ਕਿ ਜਾਨਵਰਾਂ ਨੂੰ ਵੀ ਸੰਗੀਤ ਦੇ ਨਾਲ ਪ੍ਰੇਮ ਹੈਗਾ, ਅਤੇ ਇਸ ਕੁੱਤਾ ਭਾਜੀ ਨੂੰ ਕਿੰਨਾ ਕੁ ਪ੍ਰੇਮ ਹੈ ਤੁਸੀਂ ਆਪੇ ਹੀ ਦੇਖ ਲਓ। ਜਿਮੀ ਸਰ ਦਿਖਾ ਦਿਓ ਵੀਡੀਓ, ਲਓ ਜੀ। ਸੰਗੀਤ ਦੀ ਆਪਣੀ ਇੱਕ ਵੱਖਰੀ ਦੁਨੀਆ ਹੁੰਦੀ ਹੈ, ਔਰ ਇਹ ਸੰਗੀਤ ਵਾਕਈ ਮੈਨੂੰ ਬੜਾ ਵਧੀਆ ਲੱਗਿਆ, ਮੈਨੂੰ ਬੜਾ ਹਾਸਾ ਆਇਆ ਜਦੋਂ ਮੈਂ ਇਹਨੂੰ ਸੁਣਿਆ। ਮੈਂ ਕਿਹਾ ਵੀ ਚਲੋ ਤੁਹਾਡੇ ਨਾਲ ਵੀ ਇਹ ਸਾਂਝਾ ਕਰੀਏ। ਅਗਲੀ ਖਬਰ ਸਾਂਝੀ ਕਰਦੇ ਹਾਂ ਜੀ। ਲੰਡਨ ਦੀ ਮਾਡਲ ਸੀ, ਇੱਕ ਅਮੰਡਾ ਨਾਂ ਦੀ ਮਾਡਲ ਹੈ, ਉਹਦੀ ਇੰਗੇਜਮੈਂਟ ਹੋਈ, ਉਹਨੂੰ ਉਹਦੇ ਜਿਹੜਾ ਮੰਗੇਤਰ ਹੈਗਾ ਉਹਨੇ ਅੰਗੂਠੀ ਪਾਈ, 2 ਕਰੋੜ 33 ਲੱਖ ਰੁਪਈਏ ਦੀ ਅੰਗੂਠੀ ਪਾਈ, ਬੜੀ ਖੁਸ਼ ਹੋਈ। ਅੱਛਾ, ਬਾਅਦ ਦੇ ਵਿੱਚ ਉਹਨੇ ਅੰਗੂਠੀ ਰੱਖ ਲਈ ਅਤੇ ਉਹਨੂੰ ਜਵਾਬ ਦੇ ਦਿੱਤਾ ਆਪਦੇ ਮੰਗੇਤਰ ਨੂੰ, ਉਹਨੇ ਬਥੇਰਾ ਪੁੱਛਿਆ ਵੀ ਭੈਣ ਬਣ ਕੇ ਕਾਰਨ ਤਾਂ ਦੱਸ ਦੇ। ਫਿਰ ਉਹਨੇ ਕਾਰਨ ਦੱਸਿਆ ਵੀ ਮੈਂ ਤੇਰੀ ਘੋਖ ਪੜਤਾਲ ਕੀਤੀ ਆ ਅਤੇ ਤੇਰਾ ਵਿਆਹ ਪਹਿਲਾਂ ਹੋਇਆ ਹੈ, ਤੇਰੀ ਘਰ ਵਾਲੀ ਹੈਗੀ, ਇਸ ਕਰਕੇ ਮੈਂ ਤੈਨੂੰ ਹੁਣ ਜਵਾਬ ਦਿੰਦੀ ਹਾਂ। ਉਹ ਕਹਿੰਦਾ ਵੀ ਜਵਾਬ ਤਾਂ ਦੇ, ਮੇਰੀ ਅੰਗੂਠੀ ਵਾਪਸ ਕਰ ਦੇ। ਕਹਿੰਦੀ ਅੰਗੂਠੀ ਨਹੀਂ ਮੈਂ ਕਰਦੀ, ਕਰ ਲੈ ਜੋ ਕਰਨਾ। ਲਓ ਜੀ, ਅੰਗੂਠੀ ਨਹੀਂ ਉਹਨੇ ਵਾਪਸ ਕੀਤੀ, ਊਂ ਜਵਾਬ ਦੇ ਦਿੱਤਾ। ਇਹੋ ਜਿਹਾ ਵੀ ਕੁਛ ਹੁੰਦਾ, ਲੰਡਨ ਦੀ ਮਾਡਲ ਹੈਗੀ ਹੈ ਬਹੁਤ ਵੱਡੀ। ਚਲੋ ਇੱਕ ਹੋਰ ਆਪਾਂ ਲੈ ਚੱਲਦੇ ਵੀ ਪਤਨੀ ਨੂੰ ਖੁਸ਼ ਕਰਨ ਵਾਸਤੇ ਬੰਦਾ ਕੀ ਨਹੀਂ ਕਰਦਾ, ਚਿੜੀ ਵਿਚਾਰੀ ਕੀ ਕਰੇ, ਠੰਡਾ ਪਾਣੀ ਪੀ ਮਰੇ, ਬਹੁਤ ਹੀਲੇ ਵਰਤੇ ਆਪਾਂ ਪਤਨੀ ਨੂੰ ਖੁਸ਼ ਕਰਨ ਵਾਸਤੇ। ਪਰ ਚੀਨ ਦੇ ਇਸ ਭਾਈ ਸਾਹਿਬ ਨੇ ਜਿਵੇਂ ਪਤਨੀ ਨੂੰ ਖੁਸ਼ ਕੀਤਾ, ਮੇਰਾ ਨਹੀਂ ਖਿਆਲ ਕੋਈ ਦੁਨੀਆ 'ਚ ਇਹੋ ਜਿਹਾ ਕਿਸੇ ਨੇ ਕੀਤਾ ਹੋਊ ਆਪਦੀ ਪਤਨੀ ਵਾਸਤੇ। ਕੋਈ ਕਹਿੰਦਾ ਵਾ ਡਾਇਮੰਡ ਦਾ ਸੈੱਟ ਲੈ ਦਿੱਤਾ, ਕੋਈ ਕਹਿੰਦਾ ਕੁਛ ਲੈ ਦਿੱਤਾ, ਅਤੇ ਇਹ ਭਾਈ ਸਾਹਿਬ ਨੇ ਤਾਂ ਕਮਾਲ ਹੀ ਕੀਤੀ ਪਈ ਹੈ ਖੁਸ਼ ਕਰਨ ਵਾਸਤੇ। ਇਹ ਕਾਰਨ ਸੁਣੋਗੇ ਤਾਂ ਹੈਰਾਨ ਹੋ ਜਾਓਗੇ ਵੀ ਚੀਨ ਦੇ ਵਿੱਚ ਇੱਕ ਟੀਚਰ ਦੇ ਤੌਰ 'ਤੇ ਕੰਮ ਕਰ ਰਹੀ ਆ, ਜ਼ਹਾਓ ਮਾਈ ਇੱਦਾਂ ਦਾ ਨਾਮ ਉਹਦਾ ਹੈਗਾ, ਅਤੇ ਬਹੁਤ ਮੈਗਨਾ ਦੁਨੀਆ ਦੀ ਖੁਸ਼ਕਿਸਮਤ ਪਤਨੀ ਹੈਗੀ ਇਹ। ਇਹਦਾ ਪਤੀ ਜਿਹੜਾ ਹੈਗਾ 27 ਸਾਲਾ ਯਿਨ ਯੁਨ ਫੇਂਗ ਉਹਦਾ ਨਾਂ ਆ, ਫੌਜ ਦੇ ਵਿੱਚ ਉਹ ਕੰਮ ਕਰਦਾ ਜੀ।
ਸਾਲ ਬਾਅਦ ਛੁੱਟੀ 'ਤੇ ਆਉਂਦਾ ਅਤੇ ਸਾਲ ਬਾਅਦ ਹੁਣ ਛੁੱਟੀ 'ਤੇ ਜਦੋਂ ਆਇਆ ਕਿਤੇ ਪਹਿਲੀ ਵਾਰ ਆਇਆ ਸਾਲ ਬਾਅਦ ਵਿਆਹ ਤੋਂ ਬਾਅਦ, ਉਹਨੇ ਦੇਖਿਆ ਵੀ ਉਹਦੀ ਘਰਵਾਲੀ ਤੋਂ ਕੰਮ ਹੀ ਬੜਾ ਰਹਿੰਦਾ ਹੈ। ਇੱਕ ਨਿਆਣਾ ਉਹਨਾਂ ਦਾ ਪਹਿਲਾਂ ਸਵੇਰੇ ਨਿਆਣੇ ਨੂੰ ਤਿਆਰ ਕਰੋ, ਸਕੂਲੇ ਭੇਜੋ, ਕੁਛ ਕਰੋ, ਮੁੜ ਕੇ ਰੋਟੀਆਂ ਬਣਾਓ, ਫਿਰ ਫਟਾਫਟ ਆਪਦੇ ਜੋਬ 'ਤੇ ਜਾਓ, ਫਿਰ ਆ ਕੇ ਫਿਰ ਕੰਮ ਲੱਗ ਜਾਓ। ਉਹਨੂੰ ਬੜਾ ਤਰਸ ਆਇਆ ਉੱਤੇ ਵੀ ਭਾਈ ਬਹੁਤ ਮਾੜੀ ਗੱਲ ਹੋਈ ਵੀ, ਇਹ ਕਿ ਖਾਣਾ ਹੀ ਬਣਾਉਂਦੇ ਜੇ ਸਾਰੀ ਜ਼ਿੰਦਗੀ ਲੰਘ ਜੂ ਐਂ। ਅਤੇ ਉਹਨੇ ਫਿਰ ਉਹਨੂੰ ਬਣਿਆ ਦੱਸਿਆ ਇੱਕ ਐਸਾ ਕੰਮ ਕੀਤਾ ਅਤੇ ਪਤਨੀ ਨੂੰ ਵੀ ਬਾਅਦ ਦੇ ਵਿੱਚ ਜਾਣ ਤੋਂ ਬਾਅਦ ਦੱਸਿਆ ਚਿੱਠੀ ਲਿਖ ਕੇ ਵੀ ਮੈਂ ਤੇਰੇ ਲਈ ਆਹ ਕੰਮ ਕਰ ਚੱਲਿਆ ਭਾਈ, ਮਗਰੋਂ ਧਿਆਨ ਰੱਖੀ। ਕੰਮ ਕੀ ਕੀਤਾ? ਇੱਕ ਸਾਲ ਦਾ ਖਾਣਾ ਬਣਾ ਕੇ ਪੂਰੇ ਸਾਲ ਦਾ ਫਰਿੱਜ 'ਚ ਰੱਖਦਾ, ਉਹਨੂੰ ਸਾਰਾ ਸਾਲ ਖਾਣਾ ਹੀ ਨਾ ਬਣਾਉਣਾ ਪਵੇ, ਫਰਿੱਜਾਂ ਫਰੁੱਜਾਂ ਲਿਆ ਕੇ ਵਧੀਆ ਸਜਾ ਕੇ। ਇੱਕ ਸਾਲ ਦਾ 1000 ਡੰਪਲਿੰਗ ਬਣਾਏ ਉਹਨੇ, 150 ਲੀਟਰ ਦਾ ਨੂਡਲ ਸੂਪ ਬਣਾ ਕੇ ਰੱਖਤਾ, ਹੋਰ ਉਹਨੇ ਕਈ ਕੁਛ ਜਿਹੜੇ ਕਿ ਸਾਰਾ ਕੁਛ ਸਮੋਸੇ ਸਮੋਸੇ ਜਿਹੜੀ ਵੀ ਉੱਥੋਂ ਜਿਹੜੇ ਹੋਊਗੀ ਸਮੋਸੇ ਦਾ ਖੈਰ ਕਿੱਥੇ ਹੋਣੇ ਆ, ਉਹ ਸਾਰਾ ਕੁਛ ਬਣਾ ਕੇ 1 ਸਾਲ ਰੱਖਤਾ। ਅਤੇ ਬਾਅਦ ਦੇ ਵਿੱਚ ਪਤਨੀ ਨੂੰ ਆਪਦੀ ਚਿੱਠੀ ਲਿਖੀ ਵੀ ਮੈਂ ਸਾਰਾ ਕੁਛ ਬਣਾ ਕੇ ਦਸਦਾ ਰੱਖਤਾ, ਹੁਣ ਤੈਨੂੰ ਸਾਰੇ 1 ਸਾਲ ਵਾਸਤੇ ਕੁਛ ਬਣਾਉਣ ਦੀ ਲੋੜ ਨਹੀਂ ਹੈਗੀ, ਹੁਣ ਤੂੰ ਆਰਾਮ ਕਰੀ, ਸਕੂਲੋਂ ਜਾ ਕੇ ਆ ਕੇ ਮੁੜ ਕੇ ਆਰਾਮ ਕਰੀ ਪੜ੍ਹਾ ਕੇ ਆ ਕੇ। ਅਤੇ ਉਹਨੇ ਹੁਣ ਇਹ ਵੱਖਰੀ ਗੱਲ ਆ ਵੀ ਚੀਜ਼ਾਂ ਚੀਨਾ ਚਾਈਨਾ ਦੀਆਂ ਚੀਜ਼ਾਂ ਬਣੀਆਂ ਆ, ਚੱਲ ਜਾਣ ਤਾਂ 20 ਸਾਲ ਚੱਲ ਜਾਣ, ਨਾ ਚੱਲਣ ਤਾਂ ਦੁਕਾਨ ਤੱਕ ਨਾ ਚੱਲਣ, ਇਹ ਵੱਖਰੀ ਗੱਲ ਆ ਵੀ ਹੁਣ 2 ਦਿਨਾਂ ਬਾਅਦ ਹੀ ਫੋਨ ਕਰਤਾ ਹੋਵੇ ਤੇਰੀ ਫਲਾਨੀ ਚੀਨ ਤੋਂ ਉੱਲੀ ਲੱਗ ਗਈ, ਫਲਾਨੀ ਖਰਾਬ ਹੋ ਗਈ, ਫਲਾਨੀ ਖਰਾਬ ਹੋ ਗਈ, ਫਲਾਨੀ ਖਰਾਬ ਹੋ ਗਈ, ਜਾਂ ਹੋ ਸਕਦਾ ਕਈ ਜਿਹੜੀ ਸਾਲ ਵੀ ਚੱਲ ਜਾਂਦੀ, ਹੁਣ ਕੋਈ ਵੱਡੀ ਗੱਲ ਨਹੀਂ ਹੈਗੀ। ਇਹ ਬੜੀ ਕਮਾਲ ਦੀ ਖਬਰ ਆਪਣੇ ਆਪ ਦੇ ਵਿੱਚ ਹੈਗੀ ਸੀਗੀ। ਅਤੇ ਇੱਕ ਹੋਰ ਜਿਹੜੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ, ਮੈਂ ਸਮਝਦਾ ਵੀ ਬ੍ਰੇਕ ਤੋਂ ਬਾਅਦ ਕਰੀਏ ਅਤੇ ਨਾਲ ਫਿਰ ਉਸ ਵਿਸ਼ੇ ਵੱਲ ਵੀ, ਵਿਸ਼ਾ ਵੀ ਥੋੜ੍ਹਾ ਬਹੁਤ ਉਹਦੇ ਨੇੜੇ ਤੇੜੇ ਰੱਖਦੀ ਹੈ। ਵਿਸ਼ਾ ਮੈਂ ਰੱਖਣਾ ਚਾਹੁੰਦਾ ਸੀ ਅੱਜ ਵੀ, ਅੱਜ ਤਾਂ ਪਹਿਲੀ ਸ਼ੇਅਰ ਦੇ ਵਿੱਚ ਲਾਈਨ ਹੈਗੀ, ਬੰਦਾ ਜੰਮਦਾ ਨਹੀਂ ਪਹਿਚਾਣ ਲੱਗ ਕੇ ਉਹਦੇ ਕੰਮਾਂ ਨਾਲ ਉਹਦੀ ਪਹਿਚਾਣ ਬਣਦੀ। ਅਤੇ ਇਹਦੀ ਆਖਰੀ ਲਾਈਨ ਇੱਕ ਹੈਗੀ ਆ, ਜੱਟ ਜੰਮੇ ਤਾਂ ਜਾਂਦੀ ਜ਼ਮੀਨ ਵੰਡੀ, ਲਾਲਾ ਜੰਮੇ ਤਾਂ ਨਵੀਂ ਦੁਕਾਨ ਬਣਦੀ। ਆਖਰੀ ਲਾਈਨ ਅਗਰ ਦੇਖੀਏ ਤਾਂ ਉਹ ਬਿਲਕੁਲ ਸਾਡੇ ਪੰਜਾਬ 'ਤੇ ਲਗਭਗ ਢੁੱਕਦੀ ਹੈਗੀ ਹੈ। ਸੋ ਪਹਿਲਾਂ ਵਿਸ਼ਾ ਮੈਂ ਲਿਆਇਆ ਸੀ ਹੋਰ, ਪਹਿਲਾਂ ਮੈਂ ਵਿਸ਼ਾ ਲਿਆਇਆ ਸੀ ਵੀ ਇੱਕ ਜਿਹੜਾ ਇੰਗਲੈਂਡ ਦਾ ਸ਼ਾਹੀ ਪਰਿਵਾਰ ਹੈਗਾ, ਕੁਈਨਸ ਐਲਜ਼ਬੈਥ ਦਾ ਪੋਤਾ 93 ਸਾਲ ਦੀ ਹੈਗੀ, ਉਹਦਾ ਪੋਤਾ ਹੈਗਾ ਹੈਰੀ। ਅਤੇ ਹੈਰੀ ਭਾਅ ਜੀ ਜਿਹੜੇ ਨੇ, ਤੁਹਾਨੂੰ ਪਤਾ ਵੀ ਸ਼ਾਹੀ ਰਾਜਕੁਮਾਰ ਹੈਗਾ ਤਾਂ ਰਾਜਕੁਮਾਰ ਰਾਜਕੁਮਾਰ ਹੀ ਹੁੰਦੇ ਆ। ਅਤੇ ਹੈਰੀ ਭਾਅ ਜੀ ਨੇ ਫਿਰ ਪਿੱਛੇ ਜੇ ਆਹ 2018 ਦੇ ਵਿੱਚ ਇੱਕ ਵਿਆਹ ਜਿਹਾ ਕਰ ਲਿਆ ਕਿਸੇ ਨਾਲ, ਵਿਆਹ ਕਿੰਨਾ ਕਰ ਲਿਆ, ਮਾਡਲ ਸੀਗੀ ਉਹ ਇੰਗਲੈਂਡ ਦੀ, ਸ਼ੂਟਿੰਗਾਂ ਸ਼ਾਟਿੰਗਾਂ ਕਰਦੀ ਸੀ, ਐਕਟਰਸ ਵੀ ਸੀਗੀ। ਅਤੇ 2018 ਮਈ ਦੇ ਵਿੱਚ ਉਹਨਾਂ ਨੇ ਵਿਆਹ ਕੀਤਾ 2018 ਦੇ ਵਿੱਚ। ਉਦੋਂ ਬਾਅਦ ਫਿਰ ਵਿਆਹ ਤੋਂ ਬਾਅਦ ਰਹੇ ਥੋੜ੍ਹੀ ਦੇਰ ਉੱਥੇ ਟੋਰੋਂਟੋ ਵਗੈਰਾ ਰਹੇ ਉਹ, ਫਿਰ ਵਾਪਸ ਆਏ ਆ ਅਤੇ ਆ ਕੇ ਜਵਾਬ ਦੇ ਦਿੱਤਾ ਆਪਦੀ ਦਾਦੀ ਨੂੰ ਵੀ, ਭਾਈ ਮੈਂ ਤਾਂ ਨਹੀਂ ਇੱਥੇ ਰਹਿਣਾ। ਉਹ ਕਹਿੰਦੀ ਪੁੱਤ ਗੱਲ ਕੀ ਹੋ ਗਈ? ਕਹਿੰਦੇ ਵੀ ਗੱਲ ਕੀ ਹੋਣੀ, ਮੇਰੀ ਘਰਵਾਲੀ ਕਹਿੰਦੀ ਆਪਾਂ ਕਨੇਡਾ ਰਹਿੰਦੇ ਹਾਂ, ਕਨੇਡਾ ਵਧੀਆ ਸ਼ਹਿਰ ਹੈ। ਉਹਨਾਂ ਨੇ ਬਥੇਰਾ ਸਮਝਾਇਆ ਵੀ ਭਾਈ ਕਨੇਡਾ ਵਧੀਆ, ਇੰਗਲੈਂਡ ਵੀ ਮਾੜਾ ਨਹੀਂ ਹੈ, ਇੱਥੇ ਜੱਦੀ ਪੁਸ਼ਤੀ ਆਪਣਾ ਹੈਗਾ, ਜਦ ਸਾਰਾ ਕੁਛ ਹੈਗਾ, ਕੁਛ ਕਰਨ ਦੀ ਲੋੜ ਨਹੀਂ। ਕਹਿੰਦੇ ਨਹੀਂ ਜੀ, ਅਸੀਂ ਤਾਂ ਆਜ਼ਾਦੀ ਚਾਹੁੰਦੇ ਹਾਂ। ਤੋ ਜੀ ਉਹ ਆਜ਼ਾਦੀ ਚਾਹ ਕੇ ਅਤੇ ਚਲੇ ਗਏ ਨੇ ਕਨੇਡਾ, ਵੈਨਕੂਵਰ ਕਹਿੰਦੇ ਜੀ ਘਰ ਲਵਾਂਗੇ, ਅਤੇ ਉੱਥੇ ਰਹਿਣਗੇ। ਅਤੇ ਸ਼ਾਹੀ ਮਹਿਲ ਛੱਡ ਕੇ ਇਹ ਵੀ ਦੇਖੋ, ਔਖਾ ਸੌਖਾ ਕੰਮ ਨਹੀਂ ਹੈਗਾ, ਪਰ ਘਰਵਾਲੀ ਅੱਗੇ ਕਿਹਦੀ ਚੱਲਦੀ ਹੈ? ਅਸਲ 'ਚ ਘਰਵਾਲੀ ਕਹਿੰਦੀ ਵੀ ਮੈਂ ਪਹਿਲਾਂ 6-7 ਸਾਲ ਇੱਥੇ ਸ਼ੂਟਿੰਗਾਂ ਕਰਨ ਆਉਂਦੀ ਰਹੀ ਕਨੇਡਾ, ਅਤੇ ਮੈਨੂੰ ਕਨੇਡਾ ਵਧੀਆ ਲੱਗਦਾ। ਸੋ ਭਾਈ ਕੀ ਕਰ ਸਕਦੇ ਆ ਬੰਦਾ, ਘਰਵਾਲੀ ਅੱਗੇ ਕਿਹਦਾ ਜ਼ੋਰ ਚੱਲਦਾ ਹੈ? ਸੋ ਸ਼ਾਹੀ 68 ਬੰਦਾ ਛੱਡ ਕੇ ਕਨੇਡਾ ਪਹੁੰਚ ਗਿਆ, ਅਤੇ ਇਹ ਵੀ ਉਹਦੀ ਬਹਾਦਰੀ ਹੈਗੀ ਹੈ। ਉਹ ਨਾਲ ਦੀ ਨਾਲ ਇਹ ਵੀ ਮੇਰੇ ਖਿਆਲ ਹੈ ਸ਼ਾਇਦ ਕੁਛ ਇਹੋ ਜਿਹਾ ਇਹਨਾਂ ਦਾ ਹੁੰਦਾ ਹੋਣਾ ਕਿ ਉਹਨੂੰ ਸ਼ਾਇਦ ਕੋਈ ਜਾਇਦਾਦ ਦੇ ਵਿੱਚੋਂ ਕੋਈ ਬਾਹਲਾ ਕੁਛ ਨਹੀਂ ਮਿਲਣਾ, ਪਰ ਉਹਦੀ ਵੈਸੇ ਆਪਣੀ ਜਾਇਦਾਦ ਜਿਹੜੀ ਕਹਿੰਦੇ ਦੋਹਾਂ ਦੀ ਹੈਗੀ ਹੈ 25-40 ਮਿਲੀਅਨ, ਦੋਹਾਂ ਦੀ 25-40 ਮਿਲੀਅਨ ਉਹਦੀ ਹੈਗੀ ਹੈ, 25-40 ਮਿਲੀਅਨ ਇਹਦੀ ਹੈਗੀ ਆ ਦੋਵਾਂ ਪਤੀ ਪਤਨੀ ਦੀ। ਅਤੇ ਉੱਥੇ ਇੱਕ ਘਰ ਜੀ ਦੇ ਦੋਸਤ ਕੋਲ ਰਹਿ ਕੇ ਪ੍ਰਭਾਵਿਤ ਹੋਏ, ਅਸਲ 'ਚ ਉਹ ਸੀਗਾ 13.7 ਮਿਲੀਅਨ ਦਾ ਘਰ ਹੈਗਾ ਸੀਗਾ ਵੈਨਕੂਵਰ ਦੇ ਕੋਲ। ਔਰ ਉਸ ਘਰ ਦੇ ਵਿੱਚ ਜਦੋਂ ਉਹ ਰਹੇ ਅਤੇ ਉਹਨਾਂ ਨੂੰ ਲੱਗਿਆ ਉੱਥੇ ਫਿਰ ਇੱਕ ਤਾਂ ਕਾਰਨ ਇਹ ਵੀ ਹੋ ਸਕਦਾ ਨਾ ਵੀ ਉੱਥੇ ਹੋ ਸਕਦਾ 24 ਘੰਟੇ, ਜਿਵੇਂ ਪੰਜਾਬ ਦੇ ਵਿੱਚ ਗਨਮੈਨ ਹੁੰਦੇ, ਬੰਦੇ ਨੇ ਇੱਧਰ ਜਾਣਾ ਤਾਂ ਵੀ ਗਨਮੈਨ, ਉੱਧਰ ਜਾਣਾ ਤਾਂ ਵੀ ਗਨਮੈਨ, ਬਾਥਰੂਮ ਜਾਣਾ ਤਾਂ ਵੀ ਗਨਮੈਨ, ਤਾਂ ਹੋ ਸਕਦਾ ਉਸ ਜ਼ਿੰਦਗੀ ਤੋਂ ਤੰਗ ਹੋਣ। ਪਰ ਮੁੱਖ ਦੀ ਗੱਲ ਇਹ ਹੈ ਵੀ ਇਹ ਬੀਬੀ ਵੀ ਜਿਹੜੀ ਮੇਘਨਾ ਹੈਗੀ ਆ ਹੈਰੀ ਦੇ ਘਰ ਵਾਲੀ, ਇਹ ਵੀ ਉਹਨਾਂ ਨੂੰਹਾਂ ਦੇ ਵਿੱਚੋਂ ਹੈ। ਬਹੁਤ ਸਾਰੀਆਂ ਨੂੰਹਾਂ ਨਾ ਘਰੇ ਆਉਂਦੀਆਂ, ਇੱਕ ਲੀਕ ਬਾਂਧਦੀਆਂ, ਕੋਈ ਚੰਗੀ ਚਾਹੇ ਮਾੜੀ, ਚੰਗੀ ਵੀ ਬਾਂਧਦੀਆਂ ਮਾੜੀ ਬਾਂਧਦੀਆਂ, ਫਿਰ ਉਸ ਲੀਕ ਨੂੰ ਪੱਕੀ ਕਰਨ 'ਤੇ ਲੱਗੀਆਂ ਰਹਿੰਦੀਆਂ। ਇਸ ਬੀਬੀ ਨੇ ਵੀ ਲੀਕ ਬਾਹਤੀ ਵੀ ਆਪਾਂ ਕਨੇਡਾ ਜਾਣਾ, ਅਤੇ ਕਨੇਡਾ ਫਿਰ ਜਾਣ ਵਾਸਤੇ ਉਹਨੇ, ਪਰ ਇਹਦੀ ਗੱਲ ਦੇਖੋ ਕਮਾਲ ਦੀ ਗੱਲ, ਕਲਾ ਹੈ, ਐਕਟਰਸ ਹੈਗੀ ਆ, ਉਹ ਲੀਕ ਇਹਨੇ ਜਲਦੀ ਉਹ ਪੱਕੀ ਕਰਤੀ, ਅਤੇ ਹੁਣ ਉਹ ਕਨੇਡਾ ਬੈਠਣਾ। ਚਲੋ ਆਪਾਂ ਇਹ ਵਿਸ਼ਾ ਮੈਂ ਰੱਖਣਾ ਸੀ ਇਹਦੇ ਨਾਲ ਮਿਲਦਾ ਜੁਲਦਾ, ਪਰ ਹੁਣ ਆਪਾਂ ਵਿਸ਼ਾ ਇਹਦੇ ਨਾਲ ਮਿਲਦਾ ਜੁਲਦਾ ਨਹੀਂ ਰੱਖਾਂਗੇ। ਆਪਾਂ ਹੁਣ ਵਿਸ਼ਾ ਜਿਹੜਾ ਰੱਖਾਂਗੇ ਉਹ ਰੱਖਾਂਗੇ ਇਹੀ
ਜੱਟ ਜੰਮੇ ਤਾਂ ਜਾਂਦੀ ਜ਼ਮੀਨ ਵੰਡੀ, ਲਾਲਾ ਜੰਮੇ ਤਾਂ ਨਵੀਂ ਦੁਕਾਨ ਬਣਦੀ। ਬੰਦੇ ਉਹ ਵੀ ਪੰਜਾਬ ਜੰਮਦੇ ਨੇ, ਉਹ ਵੀ ਪੰਜਾਬ ਜਾਂਦੇ ਨੇ, ਦੋਹਾਂ ਦੇ ਵਿੱਚ ਇੰਨਾ ਫਰਕ ਕਿਉਂ ਆ? ਹਾਲਾਂਕਿ ਅਸੀਂ ਜੱਟਾਂ ਨੂੰ ਬੜਾ ਬਹਾਦਰ ਕਹਿੰਦੇ ਵੀ ਜੱਟ ਤਾਂ ਐਂ ਤਾਂ ਜਾਓ, ਕੀ ਹੈ ਜੱਟ ਐਂ ਤਾਂ ਜਾਓ, ਉਹ ਗੱਲਾਂ ਪਤਾ ਕਰਾਂਗੇ ਆਪਾਂ ਬ੍ਰੇਕ ਤੋਂ ਬਾਅਦ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ। ਆਪਾਂ ਇਸ ਤੋਂ ਪਹਿਲਾਂ ਗੱਲ ਕਰ ਰਹੇ ਸੀਗੇ ਹੈਰੀ, ਪ੍ਰਿੰਸ ਹੈਰੀ ਅਤੇ ਮੇਘਨਾ ਦੀ, ਔਰ ਇੱਕ ਗੱਲ ਹੋਰ ਜਿਹੜੀ ਤੁਹਾਨੂੰ ਮੈਂ ਜੋੜ ਦੇਵਾਂ, ਉਹਨਾਂ ਨੂੰ ਔਫਰਾਂ ਤਾਂ ਕਾਫੀ ਆਉਂਦੀਆਂ ਨੇ ਵੀ ਸਾਡੇ ਕੋਲ ਜੋਬ ਕਰ ਲਓ, ਆ ਕੇ ਜੋਬ ਕਰ ਲਓ। ਅਤੇ ਬਰਗਰ ਦਾ ਜਿਹੜਾ ਬਰਗਰ ਕਿੰਗ ਦਾ ਮਾਲਕ ਆ, ਅਤੇ ਉਹਨੇ ਵੀ ਕਹਿੰਦੇ ਵੀ ਉਹਨਾਂ ਨੂੰ ਕਿਹਾ ਵੀ ਭਾਈ ਜੇ ਬਰਗਰ ਕਿੰਗ 'ਤੇ ਜੋਬ ਜੂਬ ਕਰਨੀ ਹੋਈ ਤਾਂ ਸਾਨੂੰ ਦੱਸ ਦਿਓ, ਕੋਈ ਐਸੀ ਗੱਲ ਨਹੀਂ ਕੋਈ। ਔਰ ਜਿੰਮੀ ਇੱਧਰੋਂ ਕਹਿ ਰਿਹਾ ਸੀਗਾ, ਜਿੰਮੀ ਅਤੇ ਕਹਿੰਦਾ ਵੀ ਮੈਂ ਜੇ ਕੋਈ ਜਸ ਪੰਜਾਬੀ 'ਤੇ ਉਹਨੇ ਜੋਬ ਜੂਬ ਕਰਨੀ ਹੋਵੇ ਪ੍ਰਿੰਸ ਹੈਰੀ ਨੇ, ਐਂਕਰਿੰਗ ਦਾ ਵੀ ਉਹਨੂੰ ਕੰਮ ਦੇ ਸਕਦੇ ਹਾਂ। ਔਰ ਮੈਂ ਦਰਸ਼ਕਾਂ ਦੀ ਜਾਣਕਾਰੀ ਵਾਸਤੇ ਦੱਸਦਾ ਵੀ ਜਿੰਮੀ ਸਾਹਿਬ ਖੁਦ ਜਿਹੜੇ ਵਿਆਹ ਕਰਾਉਣ ਗਏ ਹੋਏ ਸੀਗੇ, ਵਿਆਹ ਕਰਾ ਕੇ ਸਹੀ ਸਲਾਮਤ ਵਾਪਸ ਪਰਤਾ ਹੀ ਨੇ ਕੰਮ 'ਤੇ, ਬੜੀ ਖੁਸ਼ੀ ਦੀ ਗੱਲ ਆ। ਸੋ ਵਧਾਈਆਂ ਦਿੰਦੇ ਜਿੰਮੀ ਸਾਹਿਬ ਤੁਹਾਨੂੰ, ਔਰ ਤੁਸੀਂ ਵੀ ਹੁਣ ਮੇਘਨਾ ਵਾਂਗੂ ਨਾ ਕਿਤੇ ਵਧੀਆ ਜਿਹਾ ਵੈਨਕੂਵਰ 'ਚ ਲਓ, ਕਿ 15-16 million ਦਾ ਘਰ 'ਤੇ ਉੱਥੇ ਜਾ ਕੇ ਫਿਰ ਆਪਣੀ ਆਰਾਮ ਨਾਲ ਜ਼ਿੰਦਗੀ ਬਤੀਤ ਕਰੋ। ਅਤੇ ਇੱਕ ਹੋਰ ਜਾਣਕਾਰੀ ਜਿਹੜੀ ਮੈਂ ਐਡ ਕਰ ਦਿੰਦਾ ਸਾਡੇ ਦਰਸ਼ਕਾਂ ਵਾਸਤੇ, ਇਹਦੀ ਗੱਲ ਚੱਲਦੀ ਸੀ ਰਾਣੀ ਕੁਈਨਸ ਐਲਜ਼ਬੈਥ ਦੀ, ਜੋ ਕਿ 93 ਸਾਲ ਦੇ ਨੇ। ਇਹ ਵੈਸੇ ਗਏ ਤੋਂ ਕਨੇਡਾ ਬੇਸ਼ੱਕ ਹੈਗੇ ਰਜ਼ਾਮੰਦੀ ਨਾਲ, ਇਹ ਮੈਂ ਦੱਸ ਦੇਵਾਂ ਕਿ ਇਹ ਕਨੇਡਾ ਸਣੇ, ਕਨੇਡਾ ਅਤੇ ਆਸਟ੍ਰੇਲੀਆ ਸਣੇ 13 ਮੁਲਕਾਂ ਦੀ ਰਾਣੀ ਹੈਗੀ ਆ ਅਜੇ ਵੀ। ਇਹ ਇੱਕ ਲੰਬੀ ਕਹਾਣੀ ਹੈ, ਇਹਨੂੰ ਆਪਾਂ ਫੇਰ ਛੇੜਾਂਗੇ। ਹੁਣ ਆਪਾਂ ਵਿਸ਼ੇ ਵਾਲੇ ਪਾਸੇ ਚੱਲਦੇ, ਤਾਂ ਉਦੋਂ ਬਾਅਦ ਤੁਹਾਡੀਆਂ ਕਾਲਾਂ ਜਿਹੜੀਆਂ ਇਸ ਸੈਗਮੈਂਟ 'ਚ ਲੈਣੀਆਂ ਸ਼ੁਰੂ ਕਰ ਦੇਣੀਆਂ। ਪੰਜਾਬ ਸਾਡਾ ਇੱਕ ਜਿਹੜਾ ਹੈਗਾ, ਉਹਦਾ ਪਤਾ ਆਪਾਂ ਨੂੰ ਪੰਜਾਬ ਦੇ ਵਿੱਚ ਕੀ ਮਾਹੌਲ ਹੁੰਦਾ, ਕੀ ਕੀ ਹੈਗਾ, ਕਿੱਦਾਂ ਕਿੱਦਾਂ ਹੈਗਾ। ਹੁਣ ਪਹੁੰ ਹੁਣ ਬਾਅਦ 'ਚ ਹੁਣ ਆ ਕੇ ਮਹਿਸੂਸ ਕਰਾ ਤਾ ਲੀਡਰਾਂ ਨੇ ਵੀ ਆਹ ਪੰਜਾਬ 'ਚ ਮੁਸਲਮਾਨ ਆ, ਫਲਾਨੀ ਜਾਤੀ ਦੇ ਆ, ਆਹ ਫਲਾਨੀ ਜਾਤੀ ਦੇ ਹੁੰਦੇ ਆ, ਹਿੰਦੂ ਆ, ਆਹ ਇੱਦਾਂ ਵਾ, ਆਹ ਇੱਦਾਂ ਵਾ, ਇੱਦਾਂ। ਹੁਣ ਜੇ ਆ ਕੇ ਹੋ ਗਿਆ, ਨਹੀਂ ਤਾਂ ਪਹਿਲਾਂ ਇੱਕ ਦੇ ਪਤਾ ਹੀ ਨਹੀਂ ਹੁੰਦਾ ਸੀ ਕਿਹੜਾ ਰਾਮ ਆ, ਕਿਹੜਾ ਕੁਮਾਰ ਆ, ਕਿਹੜਾ ਮਸੀਹ ਆ, ਜਾਂ ਕਿਹੜਾ ਸਿੰਘ ਹੈ। ਸਾਰੇ ਇੱਕ ਵਧੀਆ ਮਾਹੌਲ ਹੁੰਦਾ ਸੀਗਾ। ਪਰ ਅਸੀਂ ਗੱਲ ਕਰੀਏ ਜੱਟਾਂ ਦੀ, ਕਿ ਜੱਟਾਂ ਦਾ ਇੱਕ ਵੱਖਰਾ ਜਿਹਾ ਵੱਖਰੇ ਜਿਹੇ ਗਿਣੇ ਗਏ ਜੱਟ, ਜੱਟ ਗੀਤਾਂ ਦੇ ਵਿੱਚ ਜੱਟਾਂ ਦੇ ਪੁੱਤ ਜਾਂ ਵੈਲੀ ਜਾਂ ਵਿਹਲੇ ਨੇ, ਮਤਲਬ ਗੀਤਾਂ ਦੇ ਵਿੱਚ ਇਹ ਨੇ, ਅਤੇ ਅਸਲ ਜੱਟ ਜਿਹੜੇ ਹੈਗੇ ਨੇ ਕੀ ਨੇ ਉਹ ਵੀ ਆਪਾਂ ਨੂੰ ਪਤਾ। ਅਸਲ ਜੱਟ ਜਾਂ ਕਿਸਾਨ ਦੀ ਗੱਲ ਕਰੀਏ, ਪਰ ਅਸਲ ਗੱਲ ਜਿਹੜੀ ਆਪਾਂ ਕਰਨੀ ਉਹ ਇਹ ਆ ਵੀ ਇਹ ਜਿਹੜੀ ਗੱਲ ਕਹੀ ਜਾਂਦੀ ਆ, ਅਕਸਰ ਹੁੰਦਾ ਜ਼ਮੀਨ ਦੀਆਂ ਵੰਡੀਆਂ ਹੁੰਦੀਆਂ ਨੇ, ਬਹੁਤ ਜਗ੍ਹਾ ਵੰਡੀਆਂ ਜੱਟਾਂ 'ਤੇ ਪੈਂਦੀਆਂ ਨੇ। ਨਿਆਣਾ ਉਹਦੇ ਘਰ ਵੀ, ਉਹ ਨਿਆਣਾ ਹੀ ਹੁੰਦਾ, ਉਹਦੇ ਘਰ ਵੀ ਨਿਆਣਾ ਹੀ ਹੁੰਦਾ, ਉਹ ਨਿਆਣੇ ਨੂੰ ਕੋਈ ਪਤਾ ਨਹੀਂ ਮੈਂ ਜੱਟ ਹਾਂ, ਮੈਂ ਲਾਲਾ ਵਾਂ, ਮੈਂ ਕੀ ਹਾਂ, ਮੈਂ ਕੀ ਨਾ ਕੀ ਨਹੀਂ, ਕੁਛ ਨਹੀਂ ਪਤਾ। ਨਿਆਣਾ ਹੋਇਆ ਪਰ ਇੱਕ ਘਰ ਦੇ ਵਿੱਚ ਮਾਹੌਲ ਕਹਿੰਦੇ ਵੱਖਰਾ, ਆਪਾਂ ਇਹ ਨਹੀਂ ਕਹਿੰਦੇ ਕਿ ਸਾਰੇ ਘਰਾਂ 'ਚ ਇਹ ਹੁੰਦਾ, ਇੱਕ ਘਰ 'ਚ ਵੱਖਰਾ, ਇੱਕ ਘਰ 'ਚ ਇਹ ਕਹਿੰਦੇ ਲੈ ਬਈ ਆਹ ਮੁੰਡਾ ਹੋ ਗਿਆ ਵੀ ਬਹੁਤ ਬਹੁਤ ਵਧਾਈਆਂ, ਹੋ ਰਹਿ ਗਈ 4 ਕਿੱਲੇ, ਅੱਗੇ 8 ਆਉਣੇ ਸੀ, ਉੱਧਰ ਹੁਣ 4 ਹੀ ਆਉਣੇ ਫਿਰ। ਅੱਛਾ, ਅਤੇ ਉੱਧਰ ਲਾਲਿਆਂ ਦੀ ਗੱਲ ਕਰੀਏ, ਲਾਲਾ ਕੌਮ ਜਿਹੜੀ ਹੈ, ਬਾਣੀਆਂ ਕੌਮ ਸਭ ਤੋਂ ਸਿਆਣੀ ਕੌਮ ਸਮਝੀ ਜਾਂਦੀ ਹੈ ਇਸ ਮਾਮਲੇ ਵਿੱਚ। ਕੰਜੂਸ ਵੀ ਉਹਨਾਂ ਨੂੰ ਬਹੁਤ ਸਾਰੇ ਲੋਕ ਕਹਿ ਦਿੰਦੇ ਨੇ, ਪਰ ਕੰਜੂਸ ਰਹਿ ਕੇ ਹੀ ਕੁਛ ਬਣਿਆ ਜਾਂਦਾ। ਉੱਧਰ ਇਹ ਕਿਹਾ ਜਾਂਦਾ ਵੀ ਲੈ ਵੀ ਹੁਣ ਇੱਕ ਹੱਟੀ ਹੋਰ ਪੈ ਗਈ, ਕਿਹਾ ਜਾਂਦਾ ਸੀ, ਜਾਂ ਕਹਿ ਲਓ ਅੱਜ ਕੱਲ੍ਹ ਸਮਾਂ ਹੀ ਚੇਂਜ ਹੋ ਗਿਆ। ਇਹ ਚੀਜ਼ਾਂ ਕਿਉਂ ਹੈਗੀਆਂ, ਇੰਨਾ ਫਰਕ ਕਿਉਂ, ਸੋਚ ਦੇ ਵਿੱਚ ਫਰਕ ਆ ਜਾਂ ਕੀ ਫਰਕ ਹੈਗਾ? ਅਗਰ ਅਸੀਂ ਜੱਟਾਂ ਦੀ, ਅਸੀਂ ਵੀ ਜੱਟ ਇੱਥੇ ਜਿਹੜੇ ਜਿੰਨੇ ਹੈਗੇ ਨੇ ਜੱਟ, ਕੋਈ ਵੀ ਜੱਟ ਕੌਮ ਨੂੰ ਸੰਬੰਧਿਤ ਰੱਖਦਾ, ਬਰਾੜ, ਸਿੱਧੂ, ਕੁਛ ਵੀ, ਤਾਂ ਉਹ ਬਾਲੇ ਮਾਣ ਦੇ ਨਾਲ ਲਿਖਦੇ ਨੇ ਆਪਣੇ ਆਪ ਨੂੰ, ਬੜਾ ਮਾਣ। ਐਂ ਲੱਗਦਾ ਵੀ ਜੱਟ, ਪਤਾ ਨਹੀਂ ਰੱਬ ਨੇ ਕੀ ਬਣਾ ਦਿੱਤਾ, ਵੀ ਜੱਟ ਤਾਂ ਰੱਬ ਨੇ ਐਸੀ ਚੀਜ਼ ਬਣਾ ਤੀ। ਗੀਤਾਂ ਵਾਲੇ ਤਾਂ ਇਹ ਕਹਿੰਦੇ ਨੇ ਵੀ ਜੱਟ ਤਾਂ ਰੱਬ ਨੇ ਐਸੀ ਚੀਜ਼ ਬਣਾ ਤੀ ਵੀ ਜਿਹਨੂੰ ਇੱਕ ਪਾਵਰ ਦੇ ਤੀ, ਅਥਾਰਟੀ ਦੇ ਤੀ, ਉਹ ਜਿੱਥੇ ਮਰਜ਼ੀ ਖੜ ਕੇ ਦਾਰੂ ਪੀ ਸਕਦਾ, ਜਿੱਥੇ ਮਰਜ਼ੀ ਗੋਲੀ ਚਲਾ ਸਕਦਾ, ਜਿੱਥੇ ਮਰਜ਼ੀ ਉਹ ਜਿਹੜੀ ਮਰਜ਼ੀ ਕੁੜੀ ਦੀ ਮਾਂ ਫੜ ਕੇ ਜੀਵ 'ਚ ਬਿਠਾ ਸਕਦਾ ਉਹਨੂੰ, ਪਰ ਗੀਤਾਂ ਨੇ ਇਹ ਕੀਤੀ ਹੈ। ਪਰ ਵਾਕਿਆ ਹੀ ਵੈਸੇ ਵੀ ਸਾਡੇ ਇਹ ਸੋਚ ਹੈਗੀ ਆ, ਨਹੀਂ ਹੈਗੀ ਆ, ਔਰ ਇਹ ਕਿਉਂ ਹੈ ਕਿ ਜ਼ਮੀਨ ਵੰਡਣ ਦੀ ਗੱਲ ਪਹਿਲਾਂ ਆ ਜਾਂਦੀ ਹੈ, ਨਾ ਕਿ ਇਹ ਨਹੀਂ ਕਿ ਚਾ ਅੱਗੇ 8 ਕਿੱਲੇ ਲੈ ਵੀ ਹੁਣ ਮੁੰਡਾ ਆ ਗਿਆ, ਹੁਣ ਤਾਂ ਇਹ ਘੱਟੋ ਘੱਟ 16 ਤਾਂ ਬਣਾਊਗਾ ਹੀ, ਬਹੁਤ ਸਾਰੇ ਲੋਕ ਬਣਾਉਂਦੇ ਵੀ ਨੇ। ਨਾਲ ਜੁੜਦੀ ਗੱਲ ਇੱਕ ਹੋਰ ਮੈਂ ਸਾਡੇ ਨਾਲ ਸੰਬੰਧਿਤ ਇਹਦੇ ਨਾਲ ਵਿਸ਼ੇ ਦੇ ਨਾਲ ਜੋੜੂੰਗਾ, ਉਹ ਵੀ ਸੱਚੀ ਗੱਲ ਇੱਕ ਹੈਗੀ ਆ, ਉਹਦੇ 'ਚ ਤੁਸੀਂ, ਤੁਹਾਡੀ ਕੀ ਰਾਏ ਹੈਗੀ? ਇਸੇ ਤਰ੍ਹਾਂ ਦੀ ਗੱਲਬਾਤ ਹੈਗੀ ਹੈ, ਜ਼ਮੀਨ ਵੰਡਣ ਦੀ ਗੱਲਬਾਤ ਜੇ ਕਰੀਏ। ਸਾਡੇ ਇੱਕ ਕੇਸ ਹੋਇਆ, ਸਾਡਾ ਆਮ ਤੌਰ 'ਤੇ ਪੰਜਾਬ ਦੀ ਵੀ ਇਹ ਗੱਲ ਮੰਨੀ ਜਾਂਦੀ ਹੈ, ਚਾਹੇ ਛੋਟਾ ਚਾਹੇ ਵੱਡਾ, ਜਿਹੜਾ ਥੋੜ੍ਹਾ ਜਿਹਾ ਸਿਆਣਾ ਲੱਗਦਾ ਗੱਲਬਾਤ ਨੂੰ, ਤੇਜ਼ ਲੱਗਦਾ ਬੰਦਾ, ਤਾਂ ਫਿਰ ਉਹਨੂੰ ਬਾਹਰ ਭੇਜ ਦਿੰਦੇ ਆ, ਪੈਸੇ ਖਰਚ ਕੇ, ਜ਼ਮੀਨ ਵੇਚ ਕੇ, ਜ਼ਮੀਨ ਗਹਿਣੇ ਧਰ ਕੇ ਉਹਨੂੰ ਬਾਹਰ ਭੇਜ ਦਿੰਦੇ ਆ, ਸੈੱਟ ਹੋ ਜਾਂਦਾ ਉਹ, ਫਿਰ ਜਦੋਂ ਸੈੱਟ ਸੁੱਟ ਹੋ ਜਾਂਦਾ, ਵਿਆਹ ਵੀ ਹੋ ਜਾਂਦਾ ਉਹਦਾ ਚੰਗਾ ਸੈੱਟ ਘਰ ਘੁਰ ਇੱਧਰ ਲੈ ਕੇ, ਤਾਂ ਫਿਰ ਇਹਨੂੰ ਚੇਤਾ ਆਉਂਦਾ ਉਹਨੂੰ, ਯਾਰ ਸਾਡੀ ਤਾਂ ਪਿੰਡ ਜ਼ਮੀਨ ਵੀ ਆ। ਫਿਰ ਭਾਈ ਜਾ ਕੇ ਕਈ ਤਾਂ ਜਿਹੜੇ ਹੈਗੇ ਨੇ ਉਹ ਕਹਿੰਦੇ ਵੀ ਅਸੀਂ ਜ਼ਮੀਨ ਤੋਂ ਕੀ ਲੈਣਾ ਸੀ, ਤਾਂ ਖੁਸ਼ ਹੈ, ਠੀਕ ਹੈ।
ਅਤੇ ਕਈ ਜਾ ਕੇ ਫਿਰ ਇਹ ਪੁਆੜਾ ਪਾਉਂਦੇ ਆ ਵੀ ਸਾਡੀ ਜ਼ਮੀਨ ਆ ਸਾਨੂੰ ਹਿੱਸਾ ਦਿਓ। ਸਾਡੇ ਸੇਮ ਕੇਸ ਇੱਕ ਹੋਇਆ ਵੀ ਬੰਦਾ ਬਾਹਰ ਸੈੱਟ ਸੁੱਟ ਹੋ ਗਿਆ ਜਦੋਂ ਵਾਹਵਾ ਹੁਣ ਵਿਆਹ ਵੂ ਹੋ ਗਿਆ ਅਤੇ ਵਿਆਹ ਤੋਂ ਬਾਅਦ ਹੀ ਇਹ ਚੀਜ਼ਾਂ ਚੇਤੇ ਆਉਂਦੀਆਂ। ਵੈਸੇ ਕਹਿੰਦੇ ਵੀ ਵਿਆਹ ਤੋਂ ਬਾਅਦ ਹੀ ਬੰਦੇ ਨੂੰ ਪਤਾ ਲੱਗਦਾ ਹਰ ਚੀਜ਼ ਦਾ ਵੀ ਕਿਹੜਾ ਬੰਦਾ ਤੁਹਾਡਾ ਰਿਸ਼ਤੇਦਾਰ, ਕਿਹੜਾ ਸਭ ਤੋਂ ਕਮੀਨਾ ਰਿਸ਼ਤੇਦਾਰ, ਕਿਹੜਾ ਇਹਨੂੰ ਮਿਲਣਾ ਚਾਹੀਦਾ, ਕਿਹਨੂੰ ਨਹੀਂ ਮਿਲਣਾ ਚਾਹੀਦਾ, ਕਿਹੜੇ ਇਹਨੂੰ ਪੈਸੇ ਦੇਣੇ ਚਾਹੀਦੇ, ਕਿੰਨੇ ਚਾਹੀਦੇ ਕਿ। ਚਲੋ ਖੈਰ ਆਪਾਂ ਉੱਧਰ ਆਪਾਂ ਜ਼ਮੀਨ ਦੀ ਵੰਡ ਦੀ ਗੱਲ ਕਰਦੇ ਹਾਂ। ਜ਼ਮੀਨ ਦੀ ਵੰਡ ਦੀ ਗੱਲ ਇਹ ਜਿਹੜੀ ਹੈ ਇਹ ਵੀ ਨੌਬਤ ਕਿਉਂ ਆਉਂਦੀ ਹੈ ਕਿ ਜਿਹੜੇ ਬਾਹਰੋਂ ਜਾਂਦੇ ਅਸੀਂ ਉਹਨਾਂ ਨੂੰ ਇਹ ਗੱਲ ਸ਼ੋਭਾ ਦਿੰਦੀ ਹੈ। ਸਾਰਾ ਕੁਛ ਹੁੰਦੇ ਸੁਣਦੇ ਵੀ ਜਾ ਕੇ ਘਰ ਫਿਰ ਪੁਆੜਾ ਪਾਈਏ ਵੀ ਅਸੀਂ ਜ਼ਮੀਨ 'ਚੋਂ ਹਿੱਸਾ ਲੈਣਾ, ਸਾਡਾ ਵੀ ਹਿੱਸਾ ਬਣਦਾ, ਸਾਡੇ ਵੀ ਦਾਦੇ ਦਾ ਉਹਨਾਂ ਇਹ ਹਿੱਸਾ ਬਣਦਾ, ਬਜਾਏ ਇਸ ਦੇ ਕਿ ਉਹ ਕਹਿਣ ਵੀ ਨਹੀਂ ਵੀ ਤੁਸੀਂ ਸਾਡੇ ਲਈ ਬਹੁਤ ਔਕੜਾਂ ਕੱਟੀਆਂ ਨੇ। ਛੋਟਾ ਭਰਾ ਚਾਹੇ ਵੱਡਾ ਭਰਾ ਵਾ, ਅਕਸਰ ਇੱਕ ਭਰਾ ਬਾਹਰ ਆ ਜਾਂਦਾ, ਮਗਰ ਦੋ ਤਿੰਨ ਭਰਾ ਜਿਹੜੇ ਰਹਿ ਜਾਂਦੇ ਸੀਗੇ ਜਾਂ ਇੱਕ ਰਹਿ ਜਾਂਦਾ ਸੀਗਾ, ਤਾਂ ਉਹਨਾਂ ਜਾ ਕੇ ਇਹ ਵੀ ਘਰਾਂ ਦੇ ਵਿੱਚ ਲੜਾਈ ਪੈਂਦੀ ਦੇਖੀ ਆ ਵੀ ਪ੍ਰੋਪਰਟੀ ਪਿੱਛੇ ਜਾਂ ਖਾਸ ਤੌਰ 'ਤੇ ਜ਼ਮੀਨ ਪਿੱਛੇ ਵੀ ਸਾਡੀ ਜ਼ਮੀਨ ਵੰਡੋ। ਉਹ ਕਹਿੰਦੇ ਵੀ ਤੈਨੂੰ ਅਸੀਂ ਉੱਧਰ ਸੈੱਟ ਕੀਤਾ, ਇੰਨਾ ਕੀਤਾ, ਉਹ ਕੀਤਾ, ਅਤੇ ਹੁਣ ਤੇਰਾ ਇਹ ਫਰਜ਼ ਨਹੀਂ ਬਣਦਾ। ਅਤੇ ਉਹ ਕਹਿੰਦਾ ਬਣਦਾ ਕਿਉਂ ਨਹੀਂ, ਮੇਰਾ ਓਨਾ ਹੀ ਹੱਕ, ਮੈਂ ਵੀ ਇਸ ਘਰ ਦਾ ਓਨਾ ਹੀ ਲਾਡਲਾ, ਓਨਾ ਹੀ ਪੋਤਾ ਹੈਗਾ, ਓਨਾ ਹੀ ਪੁੱਤ ਹੈਗਾ। ਤਾਂ ਇਹ ਚੀਜ਼ਾਂ ਆਮ ਘਰਾਂ ਦੇ ਵਿੱਚ ਪਾਈਆਂ ਜਾਂਦੀਆਂ, ਬਾਹਰਲੇ ਮੁਲਕਾਂ ਨਾਲ ਸੰਬੰਧਿਤ ਇਹ ਗੱਲਾਂ ਹੈਗੀਆਂ ਨੇ। ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਕਿ ਇਹ ਚੀਜ਼ਾਂ ਸ਼ੋਭਾ ਦਿੰਦੀਆਂ ਨੇ ਕਿ ਨਹੀਂ ਦਿੰਦੀਆਂ? ਉਹਨਾਂ ਨੂੰ ਘਰਦਿਆਂ ਨੂੰ ਇਹਦੇ 'ਚ ਕੀ ਕਰਨਾ ਚਾਹੀਦਾ ਜ਼ਮੀਨ ਦੇ ਮਾਮਲੇ 'ਚ? ਇਹ ਜਿਹੜੀ ਮੈਂ ਗੱਲ ਦੱਸੀ ਆ ਇਹ ਕੇਸ ਜਿਹੜਾ ਇੱਕ ਨਹੀਂ ਹੈਗਾ, ਹਜ਼ਾਰਾਂ ਇਹੋ ਜਿਹੇ ਕੇਸ ਹੈਗੇ ਨੇ ਹੋਣਗੇ। ਇਸ ਕੇਸ ਦੀ ਮੈਂ ਗੱਲ ਕਰਾਂ ਤਾਂ ਫਿਰ ਉਹ ਬਾਅਦ ਦੇ ਵਿੱਚ ਕੋਰਟ ਦੇ ਵਿੱਚ ਜਦੋਂ ਗੱਲ ਚੱਲ ਜਾਂਦੀ ਆ, ਪੰਚਾਇਤਾਂ ਦਾ ਕੰਮ ਤਾਂ ਅੱਜ ਕਰ ਰਿਹਾ ਨਹੀਂ, ਪੰਚਾਇਤਾਂ ਦੀ ਨੌਬਤ ਤਾਂ ਹੁਣ ਪੰਚਾਇਤਾਂ ਤੋਂ ਖਤਮ ਹੋ ਗਈ ਹੈ, ਥਾਣੇ ਜਾਂਦੀ ਪਹਿਲਾਂ ਫਿਰ ਕੋਰਟ ਦੇ ਵਿੱਚ ਜਾਂਦੀ ਹੈ, ਅਤੇ ਉਦੋਂ ਬਾਅਦ ਫਿਰ ਕੋਰਟ ਜਿਹੜੀ ਆ ਵਕੀਲਾਂ ਦੇ ਖਰਚੇ ਜੇ ਉਹ ਅਤੇ ਅੱਧਿਓਂ ਵੱਧ ਬੰਦਾ ਉੱਥੇ ਕਰ ਜਾਂਦਾ ਜਾਂ ਇਦੋਂ ਮੈਂ ਪਹਿਲੀ ਪੁਰਾਣੀ ਗੱਲ ਥੋੜ੍ਹੀ ਜਿਹੀ ਕਰਾਂ ਬਾਹਰ ਆਉਣ ਤੋਂ ਪਹਿਲਾਂ ਲੋਕਾਂ ਦੀ। ਉਦੋਂ ਇਹ ਹੁੰਦਾ ਸੀਗਾ ਵੀ ਘਰ ਦੇ ਜਿੱਦਾਂ ਸ਼ਰੀਕੇ ਦੇ ਵਿੱਚ ਚਾਚੇ ਤਾਇਆਂ ਦੇ ਵਿੱਚ ਹੁੰਦਾ ਸੀਗਾ, ਇੱਕ ਨੇ ਜ਼ਮੀਨ ਪਿੱਛੇ ਇੱਕ ਮਾਰਤਾ, ਦੂਆ ਜੇਲ੍ਹ 'ਚ ਹੈ, ਮਾਂ ਪਿਓ ਮਰ ਗਿਆ, ਜ਼ਮੀਨ ਉੱਥੇ ਰੁਲਦੀ ਫਿਰਦੀ ਹੈ। ਉਹ ਚੀਜ਼ ਚਲੋ ਪੁਰਾਣੀ ਹੋ ਗਈ। ਅੱਜ ਕੱਲ੍ਹ ਜਿਹੜਾ ਹੁਣ ਕਹਾ ਕਿੱਸਾ ਹੈਗਾ ਖਾਸ, ਜਿਹੜਾ ਹੁਣ ਦੀ ਗੱਲ ਕਰੀਏ, ਹੁਣ ਜਦੋਂ ਬੰਦੇ ਨੂੰ ਬਾਹਰ ਭੇਜ ਦਿੰਦੇ ਨੇ ਸਾਡੇ ਘਰ ਦੇ ਰਿਸ਼ਤੇਦਾਰ ਦੋਸਤ ਮਿੱਤਰ, ਤਾਂ ਉਹ ਫਿਰ ਦੁਬਾਰਾ ਜਾ ਕੇ ਉੱਥੇ ਫਿਰ ਹੱਕ ਜਮਾਉਣਾ ਉਹਦਾ ਕਿੰਨਾ ਕੁ ਜਾਇਜ਼ ਹੈਗਾ? ਇਹ ਅਸੀਂ ਸਾਡਾ ਅੱਜ ਦਾ ਵਿਸ਼ਾ ਹੋਏਗਾ, ਅਤੇ ਨਾਲ ਦੀ ਨਾਲ ਇਸ ਸਵਾਲ ਦਾ ਜਵਾਬ ਵੀ ਮੈਂ ਚਾਹੂੰਗਾ ਤੁਸੀਂ ਜਿਹੜੇ ਮਰਜ਼ੀ ਐਂਗਲ ਤੋਂ ਦਿਓ ਵੀ ਇਹ ਕਿਉਂ ਆ ਕਿ ਜੱਟ ਜੰਮੇ ਤਾਂ ਵੰਡੀ ਜ਼ਮੀਨ ਜਾਂਦੀ ਅਤੇ ਲਾਲਾ ਜੰਮੇ ਤਾਂ ਨਵੀਂ ਦੁਕਾਨ ਬਣਦੀ? ਇਹ ਧਾਰਨਾ ਸੀਗੀ ਜਾਂ ਨਹੀਂ ਸੀਗੀ? ਅੱਜ ਕੱਲ੍ਹ ਇਹ ਧਾਰਨਾ ਕਿੱਥੇ ਖੜੀ ਹੈ? ਇਹ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ। ਸ਼ੁਰੂ ਕਰਦੇ ਹਾਂ ਤੁਹਾਡੀਆਂ ਕਾਲਾਂ ਦਾ ਸਿਲਸਿਲਾ। ਹੈਲੋ ਹੈਲੋ ਜੀ ਜੀ ਸਤਿ ਸ਼੍ਰੀ ਅਕਾਲ ਜੀ, ਗਿਆਨ ਸਿੰਘ ਜੀ ਸਵਾਗਤ ਹੈ ਜੀ, ਬਹੁਤ ਬਹੁਤ। ਹਾਂਜੀ ਸਤਿ ਸ਼੍ਰੀ ਅਕਾਲ ਜੱਗੀ ਸਾਹਿਬ। ਉਹ ਗੱਲ ਜਿਹੜੀ ਨੇ ਉਹ ਗੱਲ ਸੁਣਾਈ ਆ ਜ਼ਮੀਨ ਵੰਡਣ ਦੀ ਤੇ ਬਾਣੀ ਦੇ ਪੁੱਤ ਜੰਮਣ ਦੀ, ਇਹ ਬਹੁਤ ਪੁਰਾਣੀ ਕਹਾਣੀ ਆ, ਹੁਣ ਬਦਲ ਗਈ ਆ। ਜ਼ਰੂਰ ਸਾਂਝੀ ਕਰੋ। ਹੁਣ ਬਦਲ ਗਈ ਆ। ਅੱਛਾ। ਹਾਂ ਇਹ ਬਹੁਤ ਪੁਰਾਣੀ ਜੇ ਕਹਾਵਤ ਹੈਗੀ ਆ, ਸਾਡੀ ਸੁਰ ਤੋਂ ਪਹਿਲੋਂ ਉਦੋਂ ਤਾਂ ਸਮਝ ਲਓ ਸੀ ਏਦਾਂ ਕਿ ਹੋਰ ਕੋਈ ਕਾਰੋਬਾਰ ਹੀ ਨਹੀਂ ਸੀ ਕਰਦੇ ਮੁੰਡੇ। ਅੱਛਾ। ਉਦੋਂ ਉਹ ਸਾਰੇ ਜ਼ਮੀਨ, ਹਾਂ ਜ਼ਮੀਨ ਤੇ ਡਿਪੈਂਡੈਂਟ ਹੁੰਦੇ ਸਾਰੇ, ਹੈਨਾ। ਇੱਕ ਜ਼ਿਮੀਂਦਾਰ ਪਰਿਵਾਰ ਆ, ਉਹਨਾਂ ਨੂੰ ਹੋਰ ਕੋਈ ਕੰਮ ਨਹੀਂ ਸੀ, ਉਹ ਤਿੰਨ ਮੁੰਡੇ ਹੋਣ, ਚਾਰ ਹੋਣ, ਦੋ ਹੋਣ, ਉਹਨਾਂ ਨੇ ਉਹ ਜ਼ਮੀਨ 'ਚ ਹੀ ਸਭ ਕੁਛ ਕਰਨਾ, ਵੱਖਰਾ ਬਣ ਜੇ ਕੁਛ ਵੱਖਰਾ ਬਣਾਇਆ ਤਾਂ ਉਹ ਵੀ ਸਾਂਝਾ ਪੇ ਦੇ ਨਾਂ 'ਤੇ ਹੈ, ਅਤੇ ਉਹ ਸਾਂਝਾ ਹੀ ਰਹਿੰਦਾ ਸੀਗਾ, ਅਤੇ ਫਿਰ ਆਫਟਰ ਬਾਪ ਦੇ ਮਗਰੋਂ ਫਿਰ ਚੀਜ਼ ਬਰਾਬਰ ਵੰਡੀ ਜਾਂਦੀ ਸੀ, ਠੀਕ ਨਹੀਂ? ਏਦਾਂ ਹੀ ਜੇ ਬਾਣੀਏ ਦੇ ਦੋ ਤਿੰਨ ਪੁੱਤਰ ਵੀ ਹੋ ਗਏ ਤਾਂ ਉਹਨਾਂ ਨੇ ਇਹ ਇੱਕ ਵੱਡਾ ਪਹਿਲਾਂ ਨਾਲ ਦੁਕਾਨ ਚਲਾਉਂਦਾ ਕਰਦਾ, ਦੂਜੇ ਛੋਟੇ ਪੜ੍ਹ ਕੇ ਹੋਰ ਕੁਛ ਕਰਨ ਲੱਗ ਪਏ, ਹੋਰ ਪੈਸੇ ਕਮਾ ਲਏ, ਹੋਰ ਪ੍ਰੋਪਰਟੀ ਬਣਾ ਲਈ, ਤੇ ਉਹ ਵੀ ਫਿਰ ਪੇ ਦੇ ਨਾਂ ਤੇ ਉਹ ਵੰਡੀ ਜਾਂਦੀ ਆ। ਮੈਂ ਜਿਹੜਾ ਸੁਣਿਆ ਗਿਆਨ ਸਿੰਘ, ਜਿਹੜੀ ਮੈਂ ਗੱਲ ਸੁਣੀ ਆ ਜਾਂ ਮਾੜੀ ਮੋਟੀ ਦੇਖੀ ਹੈ ਪਿੰਡਾਂ ਦੇ ਵਿੱਚ, ਉਹ ਇਹ ਸੀ ਵੀ ਬਾਣੀਏ ਜਿਹਨਾਂ ਨੂੰ ਅਸੀਂ ਕਹਿੰਦੇ, ਲਾਲਿਆਂ ਨੂੰ ਕਹਿੰਦੇ, ਉਹ ਬੰਦੇ ਨੂੰ ਅਲੱਗ ਕੰਮ ਖੋਲ ਦਿੰਦੇ ਸੀਗੇ ਹਰ ਇੱਕ ਮੁੰਡੇ ਨੂੰ ਵੀ ਆਹ ਹੱਟੀ ਭਾਈ ਤੇਰੀ ਹੈ, ਚਲਾਉਣਾ ਕੰਮ ਤੇਰਾ, ਤੇ ਰਹਿੰਦੇ ਸੀਗੇ ਇਕੱਠੇ। ਉਹ ਮੈਂ ਵੀ ਉਹੀ ਗੱਲ ਕਰਦਾ ਨਾ ਵੀ ਜ਼ਰੂਰ ਨਹੀਂ ਵੀ ਜਿਹੜਾ ਇੱਕ ਮੁੰਡਾ ਹੱਟੀ ਕਰਦਾ ਦੂਜਾ ਵੀ ਹੱਟੀ ਕਰੇ, ਦੂਜਾ ਪੜ੍ਹ ਲਿਖ ਕੇ ਕੋਈ ਜੋਬ ਵੀ ਤਕੜੀ ਕਰ ਸਕਦਾ, ਦੂਜਾ ਕੋਈ ਫੈਕਟਰੀ ਵੀ ਲਾ ਸਕਦਾ, ਹਨਾ। ਹੈ ਉਹਦੀ ਆਪਣੀ ਸੋਚ ਹੈ ਉਸ ਬੱਚੇ ਦੀ, ਠੀਕ ਨਹੀਂ? ਤੇ ਉਹ ਉਹਨੂੰ ਸਟੈਂਡ ਬਰਾਬਰ ਕਰਨਾ ਹੁੰਦਾ, ਹਰ ਮਾਪੇ ਦਾ ਫਰਜ਼ ਹੁੰਦਾ ਆ, ਠੀਕ ਨਹੀਂ? ਤੇ ਜਦੋਂ ਜਿਹੜੀ ਆ ਪਹਿਲੀ ਗੱਲ ਬਣੀ ਉਹ ਬਹੁਤ ਪੁਰਾਣੀ ਆ, ਉਦੋਂ ਹੋਰ ਵੱਖਰੇ ਕੰਮ ਹੀ ਹੈ ਨਹੀਂ ਸੀਗੇ, ਬਾਣੀਆਂ ਹੱਟੀਆਂ ਕਰਦੇ ਸੀ ਤੇ ਜ਼ਿਮੀਂਦਾਰ ਖੇਤੀਆਂ ਕਰਦੇ ਸੀ, ਉਦੋਂ ਬਣੀ ਸੀ। ਇੱਕ ਜੱਗੀ ਸਾਹਿਬ ਇਹ ਵੀ ਗੱਲ ਹੈ ਵੀ ਅਗਰ ਬਾਪ ਵਸੀਦ ਕਰ ਦੇਵੇ ਇੱਕ ਬੰਦੇ ਦੇ ਨਾਂ, ਮੁੰਡੇ ਦੇ ਨਾਂ, ਤੇ ਦੂਜੇ ਕੀ ਕਰ ਲੈਣਗੇ? ਇਹ ਵੀ ਡਿਪੈਂਡ ਕਰਦਾ ਕਿ ਨਹੀਂ ਉੱਥੇ, ਇਹ ਵੀ ਡਿਪੈਂਡ ਕਰਦਾ। ਅੱਛਾ, ਜਿਹੜੀ ਹੁਣ ਕੇਸ ਦੀ ਮੈਂ ਗੱਲ ਕਰਦਾ, ਅੱਜ ਕੱਲ੍ਹ ਤਕਰੀਬਨ ਕਾਫੀ ਪਿੰਡਾਂ ਦੇ ਵਿੱਚ ਇਹ ਨੌਬਤ ਆਈ ਹੈ
ਕਿ ਜਿਹੜਾ ਬੰਦਾ ਬਾਹਰ ਸੈੱਟ ਹੋ ਗਿਆ ਤਾਂ ਉਹਨੂੰ ਫਿਰ 10-12 ਸਾਲਾਂ ਬਾਅਦ ਚੇਤੇ ਆ ਜਾਂਦਾ ਵੀ ਸਾਡੀ ਪਿੰਡ ਜ਼ਮੀਨ ਵੀ ਆ। ਹਾਂ ਇੱਧਰ ਮੈਂ ਇਹਦੇ ਕਿ ਮੈਂ ਮਿਸਾਲ ਦੇ ਦੇਣਾ, ਸਾਡੇ ਆਪਣੇ ਪਰਿਵਾਰ 'ਚ ਹੋਏ ਲੁਧਿਆਣੇ ਦਾ ਪਰਿਵਾਰ ਸੀ, ਉਹ ਦੋ ਭਰਾ ਵਲੈਤ ਆ ਗਏ ਪਏ ਨੇ ਘਰ ਦੇ, ਅਤੇ ਉਹਨਾਂ ਸਾਈਕਲ ਪਾਰਟਸ ਦਾ ਕੰਮ ਸੀਗਾ, ਉਹ ਹੌਲੀ 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 ਅਤੇ 20-25-30 ਸਾਲ ਵਲੈਤ 'ਚ ਰਹੇ, ਅਤੇ ਉਹਨਾਂ ਉੱਥੇ ਘਰ ਘੁਰ ਚੰਗੇ ਬਣਾ ਲਏ, ਅਤੇ ਇੰਡੀਆ ਆ ਕੇ ਫਿਰ ਉਹ ਜਿਲ੍ਹੇ ਉਹ ਬਾਪ ਦੀ ਡੈਥ ਹੋ ਗਈ, ਹਿੱਸਾ ਮੰਗਣ ਲੱਗੇ। ਉਹ ਜਿਹੜਾ ਛੋਟਾ ਛੋਟਾ ਪਿੰਡ ਸੀਗਾ ਪਹਿਲਾਂ ਲੁਧਿਆਣੇ ਸੀਗਾ, ਅਤੇ ਉਹ ਕਹਿੰਦਾ ਭਰਾਓ ਵੀ ਪ੍ਰੋਪਰਟੀ ਸਾਰੀ ਸਾਂਝੀ ਆਪਣੀ, ਜਿਹੜੀ ਤੁਸੀਂ ਵਲੈਤ ਬਣਾਈ ਆ ਉਹ ਵੀ ਗਿਣ ਲਓ, ਇਹ ਵੀ ਗਿਣ ਲਓ, ਉਹ ਵੀ ਗਿਣ ਲਓ, ਹੈਂ ਇੱਕੋ ਹੀ ਪੇ ਦੇ ਪੋਤੇ ਆਪਾਂ, ਅੱਜ ਬਾਪ ਦੀ ਡੈਥ ਹੋਈ, ਜੋ ਅਸੀਂ ਬਣਾਇਆ ਸਾਂਝਾ ਹੀ ਬਣਾਇਆ, ਹੈਨਾ, ਅਤੇ ਵਲੈਤ ਵਾਲੀ ਵੀ ਬਣ ਲਓ, ਇਹ ਵੀ ਬਣ ਲਓ। ਅਸੀਂ ਤਾਂ ਬਹੁਤ ਕੁਛ ਦੇਖਿਆ, ਤੇ ਸਾਡੇ ਰਿਸ਼ਤੇਦਾਰਾਂ ਚ ਗੱਲ ਹੋਈ ਸੀ, ਮੈਂ ਕਰਦਾ ਲੁਧਿਆਣੇ ਚ, ਉਹ ਫਿਰ ਚੁੱਪ ਕਰਕੇ ਵਲੈਤ ਵਾਲੇ ਆ ਗਏ ਵੀ ਇੰਗਲੈਂਡ ਤੇ ਪ੍ਰੋਪਰਟੀ ਬਹੁਤ ਮਹਿੰਗੀ ਆ, ਵੀ ਉਹ ਆਪਣੀ ਔਲਾਦ ਮੈਂ ਕਾਹਨੂੰ ਇੱਥੇ ਫਾਹੇ ਦੇਵਾਂ ਕਿ ਕਰਦੇ ਫਿਰਾਂ, ਚੁੱਪ ਕਰਕੇ ਆ ਗਿਆ। ਚੁੱਪ ਤੇ ਬੜੀ ਸੋਹਣੀ, ਹੁਣ ਜੇ ਲੁਧਿਆਣਾ ਸਾਂਭ ਲਿਆ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ, ਗੱਲ ਬੜੀ ਵਧੀਆ। ਵੈਸੇ ਗੱਲ ਇਹ ਲੌਜਿਕ ਦੀ ਹੈਗੀ ਆ ਵੀ ਜੇ ਇੱਦਾਂ ਕੋਈ ਗੱਲ ਕਰੇ ਤਾਂ ਫਿਰ ਸ਼ਾਇਦ ਕੋਈ ਅਗਲਾ ਇੱਦਾਂ ਦੀ ਗੱਲ ਨਾ ਹੋਵੇ, ਪਰ ਫਿਰ ਵੀ ਕਾਫੀ ਹੈਗੀ ਆ। ਪਰ ਦੂਜਾ ਫਿਰ ਤਰੀਕਾ ਜਿਹੜਾ ਹੁਣ ਪੰਜਾਬ ਵਾਲੇ ਨੇ ਅਪਣਾਇਆ ਹੋਇਆ, ਉਹ ਸਿੱਧਾ ਸਿੱਧਾ ਇਹ ਅਪਣਾਇਆ ਕਹਿ ਲਓ, ਲੱਭਿਆ ਕਹਿ ਲਓ, ਜਾ ਕੇ ਉਹਨਾਂ ਨੂੰ ਕਿਸੇ ਨੇ ਦੱਸਿਆ ਕਹਿ ਲਓ, ਅਤੇ ਉਹ ਫਿਰ ਮਾੜਾ ਜਿਹਾ 5-10 ਹਜ਼ਾਰ ਰੁਪਇਆ ਦੇ ਕੇ ਅਤੇ ਥਾਣੇ ਦੇ ਵਿੱਚ ਮਾੜੇ ਜਿਹੇ ਲਿਖਾ ਦਿੰਦੇ, ਥਾਣੇ ਦਾ ਲਾ ਕੇ ਦਬਕਾ ਹੀ ਮਾਰਦਾ ਮਾੜਾ ਜਿਹਾ ਵੀ ਭਾਈ ਦੇਖ ਲਾ, ਫਿਰ ਚੰਗੇ ਭਲੇ ਬਾਹਰ ਬੈਠੇ ਹੋ, ਚੰਗੀ ਰੋਟੀ ਮਿਲਦੀ ਆ, ਇੱਥੇ ਕੇਸਾਂ 'ਚ ਉਲਝ ਗਏ, ਸਾਰੀ ਜ਼ਿੰਦਗੀ ਇੱਥੇ ਉਲਝੇ ਰਹੋਗੇ, ਨਾ ਤੁਹਾਡੇ ਕੋਲ ਤਰੀਕ ਭੁਗਤਣ ਆਉਣਾ ਆਉਣ ਪੈਣਾ, ਇਸ ਕਰਕੇ ਚਲੋ ਜੀ ਤੁਸੀਂ ਰਫਾ ਦਫਾ ਕਰੋ ਅਤੇ ਜਾਓ। ਪਰ ਇਹ ਕਾਰਨ ਜ਼ਰੂਰ ਹੈਗੇ ਨੇ ਬਹੁਤ ਸਾਰੇ ਘਰਾਂ ਦੇ ਵਿੱਚ ਕਿ ਇੱਧਰੋਂ ਜਾ ਕੇ ਇੱਕ ਇੰਗਲੈਂਡ ਤੋਂ ਕੇਸ ਹੋਇਆ ਇਸ ਤਰ੍ਹਾਂ ਦਾ, ਇੱਕ ਇੱਥੋਂ ਅਮੈਰੀਕਾ ਦੇ ਵਿੱਚੋਂ ਕੇਸ ਸਾਡੇ ਜਾਣ ਪਛਾਣ ਦੇ ਜਿਹੜੇ ਹੋਏ ਨੇ, ਇਹ ਕਿ ਇਸ ਤਰ੍ਹਾਂ ਜਾ ਕੇ ਉਹਨਾਂ ਨੇ ਕਿਹਾ ਵੀ ਸਾਨੂੰ ਭਾਈ ਇਹ ਤੁਸੀਂ ਹਿੱਸਾ ਦਿਓ, ਅਤੇ ਪਰ ਜਿਹੜਾ ਅਮੈਰੀਕਾ ਤੋਂ ਮੁੰਡਾ ਗਿਆ ਸੀ ਤਾਂ ਉਹਨੂੰ ਫਿਰ ਸਾਡੇ ਜਿਹੜੇ ਵਿੱਚ ਦੋਸਤ ਮਿੱਤਰ ਚੰਗੇ ਸਿਆਣੇ ਸੀਗੇ, ਉਹਨਾਂ ਨੇ ਸਮਝਾ ਕੇ ਵੀ ਇਹ ਗੱਲ ਤੂੰ ਨਾ ਕਰ, ਤੁਸੀਂ ਪਰਿਵਾਰ ਇਕੱਠੇ ਰਹੋ, ਪੈਸੇ ਦੀ ਤੈਨੂੰ ਪ੍ਰੋਬਲਮ, ਉੱਥੇ ਪ੍ਰੋਬਲਮ ਦੱਸ ਤੈਨੂੰ ਅਸੀਂ ਹੈਲਪ ਕਰਾਉਂਦੇ ਹਾਂ ਇਹਦੀ, ਉਹ ਕਹਿੰਦੇ ਨਹੀਂ ਪ੍ਰੋਬਲਮ ਦਾ ਕੋਈ ਨਹੀਂ, ਅਤੇ ਫਿਰ ਉਹ ਕਹਿੰਦਾ ਵੀ ਰਹੋ ਇਕੱਠੇ, ਕਾਹਨੂੰ ਟੈਨਸ਼ਨ ਲੈਂਦੇ, ਤਾਂ ਉਹ ਅੱਜ ਕੱਲ੍ਹ ਬੜੇ ਵਧੀਆ ਪਿਆਰ ਦੇ ਨਾਲ ਰਹਿ ਰਹੇ ਨੇ। ਸਹੀ ਤਰੀਕਾ ਕੀ ਹੈ ਤੁਹਾਡੇ ਜਿਹਨ ਦੇ ਵਿੱਚ ਕੋਈ ਗੱਲਬਾਤ ਹੋਵੇ ਤਾਂ ਜ਼ਰੂਰ ਗੱਲਬਾਤ ਕਰ ਸਕਦੇ ਹੋ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ। ਗੱਲਾਂ ਬਾਤਾਂ ਆਪਣੀਆਂ ਚੱਲਦੀਆਂ ਨੇ, ਆਪਣੀਆਂ ਜਿਹੜੀਆਂ ਹੁੰਦੀਆਂ ਘਰਾਂ ਦੀਆਂ ਗੱਲਾਂ ਬਾਤਾਂ ਆਮ ਤੌਰ 'ਤੇ ਹੁੰਦੀਆਂ, ਅਤੇ ਬਾਹਰਲੇ ਮੁਲਕਾਂ ਨਾਲ ਸੰਬੰਧਿਤ ਇਹ ਵਿਸ਼ਾ ਜਿਹੜਾ ਪਹਿਲਾਂ, ਚਲੋ ਆਪਾਂ ਨੂੰ ਉਹਦਾ ਜਵਾਬ ਮਿਲ ਗਿਆ ਹੈਗਾ। ਜਿਹੜਾ ਮੈਂ ਕਹਿੰਦਾ ਸੀ ਵੀ ਜੱਟ ਜੰਮੇ ਤਾਂ ਜੰਮੀ ਜਾਂਦੀ ਜ਼ਮੀਨ ਵੰਡੀ ਵਾਲੀ ਗੱਲਬਾਤ, ਉਹ ਗਿਆਨ ਸਿੰਘ ਜੀ ਨੇ ਬਹੁਤ ਕਲੀਅਰ ਕਰਤੀ ਵੀ ਉਹ ਪਹਿਲਾਂ ਗੱਲ ਹੁੰਦੀ ਸੀ, ਹੁਣ ਸਮੇਂ ਦੇ ਨਾਲ ਚੇਂਜ ਹੋ ਗਿਆ ਸਾਰਾ ਕੁਝ। ਪਰ ਜਿਹੜੀ ਚੀਜ਼ ਚੇਂਜ ਨਹੀਂ ਹੋਈ ਜਾਂ ਨਵੀਂ ਆਈ ਹੈ ਕੁਛ ਕਾਫੀ ਦੇਰ ਤੋਂ, ਉਹ ਇਹ ਹੈ ਕਿ ਇੱਧਰੋਂ ਜਾ ਕੇ ਕੁਝ ਜਿਹੜੇ ਸਾਡੇ ਬੰਦੇ ਨੇ ਉਹ ਆਪਣਾ ਜ਼ਮੀਨ ਦੇ ਵਿੱਚ ਹਿੱਸਾ ਜਾਂ ਸਾਰਾ ਕੁਛ ਮੰਗਦੇ ਨੇ, ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਉਹ ਸਹੀ ਹੈ, ਉਹਨਾਂ ਨੂੰ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ, ਜਾਂ ਪੰਜਾਬ ਵਾਲਿਆਂ ਨੂੰ ਕੀ ਕਰਨਾ ਚਾਹੀਦਾ? ਇਹ ਇੱਕ ਸੁਨੇਹਾ ਹੋਏਗਾ ਤੁਹਾਡੇ ਵੱਲੋਂ ਪਰਿਵਾਰਾਂ ਨੂੰ ਜੋੜਨ ਦਾ। ਅਗਰ ਕਿਸੇ ਦੇ ਮਾਇੰਡ ਦੇ ਵਿੱਚ ਕੋਈ ਪ੍ਰੋਬਲਮ ਦਿਖਦਾ ਹੈ, ਇਹ ਗੱਲ ਆਉਂਦੀ ਹੈ, ਜਾਂ ਘਰਵਾਲੀ ਨੇ ਕਿਹਾ ਹੋਇਆ ਭਾਈ ਜ਼ਮੀਨ ਦਾ ਫਿਰ ਕੁਛ ਕਰੋ, ਹੁਣ ਰੇਟ ਹੁਣ ਤਾਂ ਠੀਕ ਹੈ ਗਾ, ਫਿਰ ਹੋਰ ਡਾਊਨ ਹੋ ਜਾਣੇ ਆ, ਅਤੇ ਉਹਦਾ ਕਰਕੇ ਆਓ ਕੁਛ, ਜਾ ਕੇ ਹਿੱਸਾ ਹੁੱਸਾ ਲੈ ਕੇ ਵੇਚ ਕੇ ਆਓ, ਅਤੇ ਫਿਰ ਆਪਾਂ ਘਰ ਇੱਕ ਹੋਰ ਲਈਏ ਸੋਹਣਾ ਜਿਹਾ। ਜਿਹੜੇ ਇੱਦਾਂ ਕਿਸੇ ਦਿਮਾਗ ਦੇ ਵਿੱਚ ਹੈਗਾ, ਅਤੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤਾਂ ਕਿ ਪਰਿਵਾਰਾਂ ਦੇ ਵਿੱਚ ਫਿੱਕ ਜਿਹੜਾ ਬਹੁਤ ਜ਼ਿਆਦਾ ਪੈ ਰਿਹਾ ਉਹ ਥੋੜ੍ਹਾ ਜਿਹਾ ਘਟੇ? ਹੈਲੋ, ਹੈਲੋ, ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਸਵਾਗਤ ਜੀ, ਕੀ ਕਹਿਣਾ ਚਾਹੁੰਦੇ ਜੀ? ਹਾਂਜੀ ਜੀ, ਪਹਿਲੇ ਤੇ ਤੁਹਾਡਾ ਵੀ ਧੰਨਵਾਦ ਤੇ ਦਿਆਲ ਸਿੰਘ ਜੀ ਦਾ ਧੰਨਵਾਦ ਕਿ ਉਹਨਾਂ ਨੇ ਕਾਫੀ ਕੁਝ ਕਲੀਅਰ ਕਰਤਾ, ਪਰ ਮੈਂ ਇੱਕ ਗੱਲ ਤੁਹਾਡੇ ਚ ਐਡ ਕਰਨੀ ਚਾਹਾਂਗਾ। ਜੀ ਜ਼ਰੂਰ। ਚਰ ਜੋਰੂ ਤੇ ਜ਼ਮੀਨ ਜੀ, ਇਹ ਹਮੇਸ਼ਾ ਹੀ ਝਗੜੇ ਦੇ ਵਿਸ਼ੇ ਰਹੇ ਨੇ ਜੀ। ਇਹ ਪੰਜਾਬ ਦੀ ਗੱਲ ਹੈ ਕਿ ਸਾਰੀ ਦੁਨੀਆ ਦੀ? ਨਹੀਂ, ਸਾਰੀ ਦੁਨੀਆ ਦੀ ਗੱਲ ਹੈ। ਅੱਛਾ ਜੀ। ਤੇ ਕਿਸੇ ਤੇ ਕੋਈ ਜਰ ਜੋਰੂ ਜ਼ਮੀਨ ਤੇ ਝਗੜੇ ਰਹਿਣੇ ਨੇ ਤੇ ਰਹਿੰਦੇ ਰਹਿਣਗੇ, ਇਹ ਇੱਕ ਪ੍ਰੈਜ਼ੈਂਟ ਇੱਕ ਕੌੜੀ ਸੱਚਾਈ ਹੈ। ਤੇ ਦੂਜੀ ਗੱਲ ਹੈ ਸੋਚ ਜੀ, ਜਿਹੜੇ ਜੱਟ ਦੀ ਸੋਚ ਹੈ ਕਿਸੇ ਕੋਲ ਪੈਸੇ ਲੈਣੇ ਹੋਣ ਨਾ, ਉਹ ਜੱਟ ਕਹਿੰਦਾ ਮੈਂ ਇਹਦੇ ਕੋਲ ਪੈਸੇ ਲੈਣ ਜਾਣਾ, ਪੈਸੇ ਮਿਲਣ ਨਾ ਮਿਲਣ ਇਹਨੂੰ ਮੈਂ ਕੁੱਟ ਆਣਾ, ਕੁੱਟ ਆਣਾ ਕਿ ਜਿੰਨੇ ਲੈਣੇ ਉਹਦੇ ਉਨੇ ਉੱਪਰ ਵੀ ਲਾ ਸਕਦਾ। ਹਾਂ, ਬਸ ਉਹਦੀ ਸੋਚ ਹੈ, ਸੋਚ ਤੇ ਇਸ ਕਰਕੇ ਤੇ ਬਾਣੀਆਂ ਦੀ ਸੋਚ ਹੈ ਮੈਂ ਉਹਦੇ ਕੋਲ ਪੈਸੇ ਲੈ ਕੇ ਆਣੇ ਨੇ ਭਾਵੇਂ ਮੈਂ ਕੁੱਟ ਖਾਵਾਂ। ਹਾਂ, ਵੈਰੀ ਗੁੱਡ।
ਅੱਛਾ ਇਹ ਦੇਖੋ ਜੀ, ਸੋਚ ਵੀ ਕਿਹੜਾ ਉੱਪਰੋਂ ਕੋਈ ਦਿਮਾਗ ਦੇ ਵਿੱਚ ਆਉਂਦੀ ਹੈ, ਜਿਹੜੇ ਬਾਣੀਆਂ ਕੌਮ ਹੈ ਉਹ ਆਪਦੇ ਵੱਡਿਆਂ ਤੋਂ ਸਿੱਖਦੇ ਨੇ ਇਹ ਚੀਜ਼ਾਂ ਸੋਚ, ਅਤੇ ਜਿਹੜੇ ਅਸੀਂ ਜੱਟਾਂ ਦੀ ਜੇ ਗੱਲ ਕਰਦੇ ਉਹ ਆਪਣੇ ਵੱਡਿਆਂ ਤੋਂ ਸਿੱਖਦੇ ਹੈ ਸੋਚ ਉਹਨਾਂ ਦੀ। ਨਹੀਂ ਪਰ ਦੇਖੋ ਇਹ ਖਾੜਕੂ ਕੌਮ ਹੈ ਜੀ, ਹਾਂ ਇਹ ਇਸ ਕਰਕੇ ਤੇ ਖਾੜਕੂ ਕੌਮ ਖਾੜਕੂ ਹੀ ਰਹੇਗੀ ਜੀ। ਚਲੋ ਤੇ ਮੈਂ ਤੁਹਾਡੀ ਗੱਲ, ਕਿਉਂਕਿ ਤੁਹਾਡੇ ਕੋਲ ਵੀ ਟਾਈਮ ਘੱਟ ਹੋਣਾ ਤੇ ਮੈਂ ਤੇ ਬਹੁਤ ਗੱਲ ਕਹਿ ਸਕਦਾ ਕਿ ਜਿਹੜੇ ਸਾਡੇ ਬਜ਼ੁਰਗਾਂ ਨੂੰ ਇਹ ਕਰਨਾ ਚਾਹੀਦਾ, ਸੋਚ ਰੱਖਣੀ ਚਾਹੀਦੀ ਹੈ ਜੀ, ਕਿ ਅਸੀਂ ਆਪਣੇ ਬੱਚੇ ਵਲੈਤ ਰਹਿੰਦੇ ਹੋਣ ਜਾਂ ਇੰਡੀਆ ਰਹਿੰਦੇ ਹੋਣ, ਉਹਨਾਂ ਨੂੰ ਅਸੀਂ ਇਕਨੋਮਿਕਲੀ ਬਰਾਬਰ ਨਾ ਕਰ ਲਈਏ। ਅੱਛਾ, ਜੇ ਤੁਸੀਂ ਉੱਥੇ ਉਹਨੂੰ ਪੈਸੇ ਭੇਜੇ ਨੇ, ਉਹ ਇੱਥੇ ਤੁਹਾਨੂੰ ਪੈਸੇ ਵਾਪਸ ਭੇਜ ਰਿਹਾ, ਤੁਸੀਂ ਸਾਰਾ ਦਾ ਹਿਸਾਬ ਕਿਤਾਬ ਰੱਖੋ। ਇਹ ਜਿਹੜੇ ਮਾਂ ਪਿਓ ਨੇ ਨਾ, ਚਲਤੀ ਚੱਕੀ ਦੇਖ ਕਰ ਦੀਆ ਕਬੀਰਾ ਰੋਏ, ਇਹ ਬੱਚਿਆਂ ਦੀ ਜਿਹੜੀ ਲੜਾਈ ਦੇ ਵਿੱਚ ਨਾ, ਇਹ ਬੁੱਢੇ ਮਾਂ ਪਿਓ ਜਿਹੜੇ ਨੇ ਨਾ, ਇਹ ਅਸੀਂ ਆਪਣੇ ਆਪ ਨੂੰ ਨਾ ਰੋਲੀਏ। ਜੀ ਜੀ ਜੀ, ਚਲੋ ਬਹੁਤ ਮਿਹਰਬਾਨੀ ਜੀ। ਤੇ ਸੋਚ ਨਾ ਨਾ, ਸੋਚ ਨੂੰ ਉੱਚੀ ਰੱਖੀਏ, ਸੁੱਚੀ ਰੱਖੀਏ ਜੀ, ਬਾਬੇ ਨਾਨਕ ਦੀ ਸੋਚ ਨਾਲ ਜੁੜੀਏ ਜੀ। ਬਿਲਕੁਲ, ਤੇ ਉਹਨੇ ਕੀ ਕਿਹਾ, ਮੈਂ ਤੁਹਾਡੀ ਜੇ ਤੁਹਾਡੇ ਕੋਲ ਮੈਨੂੰ ਇਜਾਜ਼ਤ ਦਿਓ, ਉਹਨੇ ਗੁਰੂ ਗੱਦੀ ਆਪਣੇ ਪੁੱਤਰਾਂ ਨੂੰ ਨਹੀਂ ਦਿੱਤੀ, ਪਰ ਭਾਈ ਲਹਿਣਾ ਜੀ ਨੂੰ ਦਿੱਤੀ। ਤੇ ਉਸ ਤੋਂ ਬਾਅਦ ਕਿਹਾ, ਭਾਈ ਲਹਿਣਾ ਜੀ ਤੁਸੀਂ ਇਸ ਜਗ੍ਹਾ ਦਾ ਨਾ ਕਰੋ ਜਿੱਥੇ ਉਹ ਕੀਰਤਪੁਰ ਸਾਹਿਬ ਰਹਿੰਦੇ ਸਨ, ਤੁਸੀਂ ਦੂਜੀ ਜਗ੍ਹਾ ਜਾਓ, ਉੱਥੇ ਜਾ ਕੇ ਵਸੋ ਔਰ ਸ਼ਹਿਰ ਵਸਾਓ ਜੀ। ਚਲੋ, ਤੇ ਇਸ ਕਰਕੇ ਬਜ਼ੁਰਗਾਂ ਦਾ ਜਿਹੜਾ ਹੈ ਨਾ, ਬਾਬੇ ਨਾਨਕ ਦੀ ਸੋਚ ਨਾਲ ਅਸੀਂ ਜੁੜ ਕੇ ਧਰਮ ਨਾਲ ਜੁੜੀਏ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਮਿਹਰਬਾਨੀ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ। ਟੀਵੀ ਦੀ ਆਵਾਜ਼ ਘੱਟ ਕਰੋ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੱਗੀ ਸਾਹਿਬ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਹੁਤ ਸਤਿ ਸ਼੍ਰੀ ਅਕਾਲ ਜੀ, ਸਵਾਗਤ ਜੀ, ਬਹੁਤ ਬਹੁਤ ਜੀ ਸਰ। ਮੈਂ ਕਿਹਾ ਬੜਾ ਸੋਹਣਾ ਮੁੱਦਾ ਲਿਆਂਦਾ, ਜੱਟ ਤੇ ਜ਼ਮੀਨ। ਹਾਂਜੀ ਹਾਂਜੀ, ਨਹੀਂ ਇੱਕ ਤਾਂ ਆਹ ਚੱਲਿਆ ਜੀ, ਮੈਂ ਨਾ ਪਹਿਲਾਂ ਲਿਆ ਤਾਂ ਹੋਰ ਸੀ, ਫਿਰ ਮੈਂ ਕਿਹਾ ਥੋੜਾ ਲੱਗਿਆ। ਚੱਲ ਕੋਈ ਨਹੀਂ, ਇਹਦੇ ਵਿੱਚ ਵੀ ਬਹੁਤ ਵਧੀਆ ਆ। ਮੈਂ ਉਹੀ ਕਹਿੰਦਾ, ਸਾਡੇ ਇੱਥੇ ਜਿਹੜੇ ਆ ਗੁਜਰਾਤੀ ਜਿਹੜੇ ਆ ਨਾ, ਇਹ ਲਾਲਿਆਂ ਨੂੰ ਵੱਧ ਆ। ਅੱਛਾ ਜੀ, ਇਹਦੇ ਵਿੱਚ ਇੱਦਾਂ ਆ, ਜਦ ਕੋਈ ਨਵਾਂ ਗੁਜਰਾਤੀ ਆ, ਹੈਲਪ ਕਰਦੇ ਇੰਨੀ, ਹਾਂਜੀ ਪੈਰਾਂ ਸਿਰ ਖੜਾ ਕਰਦੇ, ਐਨ ਪੈਰਾਂ ਤੇ ਖੜਾ ਕਰਦੇ ਆ ਉਹਨੂੰ, ਫਿਰ ਉਹ ਕੋ ਜਿਹੜੇ ਜਿਹੜੇ ਜੋ ਦਿੱਤਾ ਹੁੰਦਾ ਉਹ ਵਾਪਸ ਵੀ ਲੈਂਦੇ ਪੈਸੇ ਲੈ ਲੈਂਦੇ ਆ। ਇੱਕ ਮਿੰਟ, ਚੱਲ ਕੋਈ ਨੀ, ਫੇਰ ਮੈਂ ਕਰ ਲੂ। ਤੇ ਉਹਦੇ ਬਾਅਦ ਪਤਾ ਕੀ ਹੁੰਦਾ, ਪੇ ਆਪਣਾ ਜਿਹੜਾ ਪੰਜਾਬੀ ਆ ਜੀ, ਇੱਕ ਮੈਂ ਤੁਹਾਨੂੰ ਆਪਣੇ ਪਿੰਡ ਦੀ ਮਿਸਾਲ ਦੱਸਦਾ ਜੀ। ਸਾਡੇ ਤਾਕੀ ਦਾ ਰੌਲਾ ਸੀ ਇੱਕ, ਉਹ ਜਿਹੜੀ ਦੂਜੇ ਪਾਸੇ ਕਿਸੇ ਦਾ ਤੌੜ ਸੀਗਾ ਜਾਂ ਪਤਾ ਨੀ, ਉਹ ਤਾਕੀ ਦਾ ਰੌਲਾ ਇੰਨਾ ਸੀਗਾ ਵੀ ਚੰਡੀਗੜ੍ਹ ਹਾਈ ਕੋਰਟ ਤੇ ਚਲ ਗਿਆ ਕੇਸ ਉਹ, ਉਹਨਾਂ ਦੇ ਪਤਾ ਨੀ ਕਿੰਨੇ ਕੁ ਹਜ਼ਾਰ ਲੱਗੇ ਆ ਉੱਥੇ। ਅੱਛਾ, ਸੀਗੇ ਮਤਲਬ ਪਰਿਵਾਰ ਚੋਂ ਹੀ, ਪਰਿਵਾਰ ਦਾ ਇਹ ਨਾਲ ਉਹਦਾ ਘਰ ਦੂਜਾ ਤੌੜ ਸੀਗਾ ਨਾਲ ਸ਼ਰੀਕੇ ਦਾ। ਹਾਂਜੀ ਠੀਕ ਹੈ, ਦੱਸੋ। ਤੇ ਇਹਦੇ ਮਤੇ ਇੱਦਾਂ ਆ, ਹੁਣ ਮੈਂ ਆਪਣੀ ਦੱਸਦਾ ਨਾ, ਮੈਂ ਵੀ ਹੁਣ ਉਹ ਪੰਜਾਬ ਤੋਂ ਹੀ ਆ। ਮੇਰਾ ਜਦ ਪਾਸਪੋਰਟ ਬਣਾਇਆ ਪਹਿਲਾਂ, ਬਹੁਤ ਚਿਰ ਦੀ ਗੱਲ ਆ ਇਹ, ਮੇਰਾ ਉਦੋਂ ਉਹ ਜਿਹੜਾ ਆਉਂਦਾ ਹੁੰਦਾ ਇਨਕੁਆਇਰੀ ਕਰਨ, ਉਹ 200 ਰੁਪਈਆ ਮੰਗਦਾ ਸੀ। ਅੱਛਾ ਜੀ। ਤੇ ਸਾਡਾ ਬਜ਼ੁਰਗ ਵੀ ਆਕੜ ਗਿਆ, ਮੈਂ ਵੀ ਆਕੜ ਗਿਆ, ਭਈ ਸਾਡਾ ਤਾਂ ਪਾਸਪੋਰਟ ਸਹੀ ਆ। ਮੈਂ ਟੀਚਰ ਸੀਗਾ ਤੇ ਲਿਖਾਤਾ ਐਗਰੀਕਲਚਰ। ਅੱਛਾ ਜੀ। ਹੁਣ ਜਾਣੀ ਬਹੁਤ ਦੋ ਤਿੰਨ ਵਾਰੀ ਗੇੜੇ ਮਾਰੇ, ਤੂੰ ਦੇ ਦੇ ਕੇਸ ਬਣ ਜਾਣਾ, ਨਾ ਹੀ ਦਿੱਤਾ। ਤੇ ਜਾ ਕੇ ਚੌਥੀ ਕੁ ਵਾਰੀ ਆਇਆ ਤਾਂ ਉਹਨਾਂ ਆਪਣੇ ਬਰੰਟ ਲੈ ਕੇ ਆ ਗਿਆ ਅਰੈਸਟ ਦੇ ਜੀ। ਤੇ ਉਹਦੇ ਵਿੱਚ ਸਾਨੂੰ ਉਸ ਵੇਲੇ ਤਾਂ ਪਹਿਲਾਂ 200 ਉਸ ਵੇਲੇ ਦੇਣਾ ਪਿਆ ਵੀ ਤੂੰ ਸਾਨੂੰ ਇਹਨੂੰ ਅਰੈਸਟ ਨਾ ਕਰੀ, ਤੇ ਇਹਦਾ ਕੇਸ ਨਾ ਪਾਈ ਡਿਪਾਰਟਮੈਂਟ ਚ ਇਹਨਾਂ ਦੇ। ਉਹਦੇ ਵਿੱਚ ਸਾਨੂੰ 2 ਸਾਲ ਲੱਗੇ ਆ, ਇੰਨਾ ਪੈਸਾ ਲੱਗਾ ਨਾ ਉਸ ਵੇਲੇ ਦਾ, 4-5 ਹਜ਼ਾਰ ਲੱਗ ਗਿਆ ਜੀ। ਜੀ ਜੀ, ਮਾੜੀ ਜੀ ਗੱਲ, ਮਾੜੀ ਜਿਹੀ ਗੱਲ ਤੋਂ ਵੀ ਆਕੜ ਹੈਗੀ ਆ ਸਾਡੇ ਏਦਾਂ ਆ। ਇਹ ਜਿਹੜੇ ਲਾਲੇ ਆ, ਇਹਨਾਂ ਦਾ ਕੇਸ, ਇਹਨਾਂ ਦਾ ਕੇਸ ਕੀ ਹੁੰਦਾ, ਪੈਸੇ ਦਾ ਲੈਣ ਦੇਣ ਹੁੰਦਾ ਇੱਕ ਦੂਜੇ 'ਚ। ਇਹ ਵੀ ਬਹੁਤ ਘੱਟ ਸੁਣੇ ਨੇ ਕੇਸ। ਹੁਣ ਆਪਣੇ ਜੱਟਾਂ ਦੇ ਵਿੱਚ ਜਾ ਕੇ ਦੇਖ ਲੈ, ਕੋਰਟ ਇਹਨਾਂ ਦੀਆਂ ਭਰੀ ਆ ਇਸੇ ਗੱਲ ਤੋਂ ਹੀ। ਇੱਕ ਇੱਕ ਮਰਲੇ ਦਾ ਥੈਂ ਹੁੰਦਾ ਜਿੱਤੇ ਜੀ। ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਜਿੱਥੇ ਪੈਂਦੀ ਆ ਤਰੀਕ ਇਹ ਜੱਟ ਦੀ, ਅਤੇ ਕਚਹਿਰੀਆਂ 'ਚ ਫਿਰ ਮੇਲੇ ਲੱਗਦੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਮਨਜੀਤ ਸਿੰਘ ਜੀ, ਕੀ ਕਹਿਣਾ ਚਾਹੁੰਦੇ? ਆਪਾਂ ਉਸੇ ਵਿਸ਼ੇ ਦੀ ਗੱਲ ਕਰਦੇ ਜਿਹੜੀ ਪੰਜਾਬ ਦੇ ਵਿੱਚ ਜ਼ਮੀਨਾਂ ਦਾ ਜਾ ਕੇ ਹੱਕ ਜਤਾਉਂਦੇ ਨੇ ਜਾਂ ਵੰਡੀਆਂ ਪਾਉਂਦੇ ਨੇ ਜਾਂ ਲੜਾਈਆਂ ਕਰਦੇ ਨੇ ਉਹਨਾਂ ਦੇ। ਮੇਨਾ ਵੀ ਹੋ ਚੁੱਕੀ ਆ ਜ਼ਮੀਨ, ਮੈਂ ਘਰ ਜਾਂਗੋਂ ਲਈ ਸੀ ਤਾਂ ਸਾਡੇ ਡੈਡੀ ਹੋਣਾ, ਸਾਡੇ ਡੈਡੀ ਪਾਪਾ, ਸਾਡਾ ਪਾਪੇ ਦੇ ਭਰਾ ਦੀ ਗਾਹਾਂ ਮੁੰਡੇ ਬਾਹਰ ਆਇਆ ਸੀ ਇੱਧਰ। ਅੱਛਾ ਜੀ। ਮੈਂ ਜ਼ਮੀਨ ਖਰੀਦ ਲਈ ਤੇ ਬਾਅਦ ਚ ਪੰਗਾ ਪੈ ਗਿਆ, ਉਹ ਪਾਉਂਦੇ
ਸ਼ੁਰੂ ਤੋਂ ਚਾਚੇ ਜਿੱਦਾਂ ਆਫਤ ਚ ਬਹੁੰਦੇ, ਬਾਅਦ ਚ ਕਹਿੰਦੇ ਵੀ ਤੂੰ ਕਿੱਦਾਂ ਕੱਲੇ ਹੋਈ ਲਈ ਹੈ, ਮਗਰ ਮੈਂ ਬਾਹਰੋਂ ਪੈਸੇ ਦਿੱਤੇ ਅਗਲਿਆਂ ਨੇ ਦੇ ਦਿੱਤੀ ਵੀ ਖਰੀਦ ਲਈ ਆ, ਕਹਿੰਦੇ ਅਸੀਂ ਨੀ ਛੱਡਣੀ। ਫਿਰ ਸਾਡੇ ਡੈਡੀ ਨੂੰ ਇੰਨਾ ਰਹੀ ਦੇ ਚੱਪ ਚ ਪਾ ਤਾ, ਉਹ ਛੜਾ ਦਿੰਦੇ ਜੇ ਬੂਆ, ਉਹ ਅਸੀਂ ਤਿੰਨ ਚਾਰ ਵੀ ਖੇਤ ਵੀ ਜਿੱਤੇ, ਉਹ ਜਿੰਨੀ ਛੁੱਟੀ ਹੈ। ਬਾਅਦ ਚ ਮੈਂ ਪੁੱਛਿਆ ਹਾਰ ਕੇ, ਮੈਂ ਕਿਹਾ ਉਹ ਬੰਦਾ ਜੱਜ, ਮੈਂ ਕਿਹਾ ਇਹ ਕੀ ਚੱਕਰ ਆ, ਕਹਿੰਦਾ ਜਾ ਜਾ ਕੇ ਚੌਂਕੀ ਲੱਖ ਰੁਪਇਆ ਖਰਚ ਪੈ, ਜਮੀਨ ਛੁੱਟ ਜਾਣੀ। ਉਹ ਵੀ ਗੱਲ ਹੋਈ ਹੈ, ਜਾਂ ਫਿਰ ਜੇ ਕੇਸ ਹੋ ਵੀ ਜਾਵੇ ਤੇ ਉੱਥੇ ਵਾਕਿਆ ਇਹ ਹਾਲਤ ਹੈਗੀ ਆ ਤੇ ਬੰਦਾ ਤੌਬਾ ਕਰ ਦਿੰਦਾ ਵੀ ਕੇਸ ਇਹਦੂ, ਜ਼ਮੀਨ ਜਿਹੜੀ ਆ ਜਾਂ ਕੋਠੀ ਉੱਥੇ ਹੈਗੀ 2-4 ਕਰੋੜ ਦੀ, ਤਾਂ ਉਹਨੂੰ ਦਫ਼ਾ ਕਰੋ, ਇਹੋ ਜਿਹੇ ਚੱਕਰਾਂ 'ਚ ਨਾ ਪਾਓ। ਫਿਰ ਇਹ ਚੀਜ਼ਾਂ ਰਿਸ਼ਤਿਆਂ ਦੇ ਵਿੱਚ ਤਾਂ ਫਿੱਕ ਪਾਉਂਦੀਆਂ ਪਾਉਂਦੀਆਂ ਨੇ, ਪਰ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਜ਼ਮੀਨ ਦੀਆਂ ਵੰਡੀਆਂ, ਇੱਧਰੋਂ ਜਾ ਕੇ ਅਸੀਂ ਪਾਉਂਦੇ ਹਾਂ ਉਹ ਕਿੰਨੀਆਂ ਕੁ ਜਾਇਜ਼ ਹੈਗੀਆਂ। ਬ੍ਰੇਕ ਤੋਂ ਬਾਅਦ ਫਿਰ ਕਾਲ ਲਵਾਂਗੇ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ, ਅਤੇ ਗੱਲਬਾਤ ਜਿਵੇਂ ਚੱਲ ਰਹੀ ਹੈ ਕਿ ਪਿੰਡਾਂ ਦੇ ਵਿੱਚ ਜ਼ਮੀਨਾਂ ਦੀਆਂ ਵੰਡੀਆਂ ਤਾਂ ਆਮ ਪੈਂਦੀਆਂ ਸੀਗੀਆਂ, ਪਰ ਇੱਕ ਹੁਣ ਨਵੀਆਂ ਵੰਡੀਆਂ ਜਿਹੜੀਆਂ ਕਿਸੇ ਕਿਸੇ ਘਰ ਦੇ ਵਿੱਚ ਕਿਸੇ ਕਿਸੇ ਪਿੰਡ ਦੇ ਵਿੱਚ ਸ਼ੁਰੂ ਹੋਈਆਂ, ਉਹਦੀ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਇੱਧਰੋਂ ਜਾ ਕੇ ਕਈ ਘਰਾਂ ਦੇ, ਚਲੋ ਇੱਧਰੋਂ ਵੀ ਬੰਦੇ ਬਹੁਤ ਪੈਸਾ ਭੇਜਦੇ ਨੇ, ਬਹੁਤ ਘਰ ਸੈਟਲ ਕੀਤੇ ਨੇ, ਬਹੁਤ ਵੱਡੀਆਂ ਵੱਡੀਆਂ ਕੋਠੀਆਂ ਪਿੰਡ ਦੇ ਵਿੱਚ ਪਾਈਆਂ, ਔਰ ਪੂਰੇ ਪਿੰਡ ਦੇ ਵਿੱਚ ਦੂਰੋਂ ਦਿਸਦੀ ਹੈ ਕਿ ਫਲਾਨਿਆਂ ਦੀ ਕੋਠੀ ਹੈ, ਮੁੰਡਾ ਬਾਹਰ ਗਿਆ ਹੋਇਆ, ਉਹ ਇੱਕ ਅਲੱਗ ਗੱਲ ਹੈ, ਵੱਖਰੀ ਗੱਲ ਹੈ। ਪਰ ਕੁਝ ਘਰਾਂ ਦੇ ਵਿੱਚ ਪੈਸੇ ਭੇਜੇ ਵੀ ਹੋਣਗੇ ਮੁੰਡਿਆਂ ਨੇ ਨਿਆਣਿਆਂ ਨੇ ਇੱਧਰੋਂ, ਪਰ ਬਾਅਦ ਦੇ ਵਿੱਚ ਆ ਕੇ ਇਹ ਕਹਿਣਾ ਕਿ ਸਾਡਾ ਜ਼ਮੀਨ ਦੇ ਵਿੱਚ ਵੀ ਹਿੱਸਾ ਚਾਹੇ ਉਹ, ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ, ਕੌਣ ਸਹੀ ਹੋ ਸਕਦਾ ਕੌਣ ਗਲਤ ਹੋ ਸਕਦਾ? ਹੈਲੋ ਕਰੋੜ ਕਰੋੜ ਨੂੰ ਖੇਤ ਵਿਕਦਾ, ਸਾਡੇ ਚਾਚਾ ਜੀ ਅੜ ਗਿਆ, ਕਹਿੰਦੇ ਮੈਂ ਤਾਂ ਵੰਡਣੀ ਆ, ਚਲੋ ਕੇਸ ਚੱਲ ਪਏ, ਕੇਸ ਚੱਲਦੇ ਚੱਲਦੇ 10 ਲੱਖ ਰੁਪਇਆ ਸਾਡਾ ਲੱਗ ਗਿਆ, 10 ਕੋਹਦਾ ਲੱਗ ਗਿਆ, ਜ਼ਮੀਨ ਉੱਥੇ ਪਈ ਆ, ਉਦੇ ਬਾਈ ਜਾਂ ਉਦੇ ਹਾਰ ਦਿੰਦੇ ਸਾਂਝੀ, ਉਹ ਹੁਣ ਜਿਹੜਾ ਕਰੋੜ ਕਰੋੜ ਦਾ ਖੇਤ ਸੀ ਉਹ 12-12 ਲੱਖ ਦਾ ਰਹਿ ਗਿਆ, ਖੱਟਿਆ ਸੀ ਇਹਦੇ ਵਿੱਚੋਂ। ਇਹਦੇ ਕਾਰਨ ਕੀ ਹੈ ਸੁਰਿੰਦਰ ਸਿੰਘ ਜੀ? ਕਾਰਨ ਕੀ ਹੈ? ਸਿਰਫ ਈਗੋ ਪ੍ਰੋਬਲਮ ਹੈਗੀ ਵੀ ਨਹੀਂ ਅਸੀਂ ਆਹ ਹੋਣ ਚੀਜ਼ ਮੈਂ ਚਾਹੁੰਦਾ ਤੁਸੀਂ ਨਹੀਂ ਹੋਣ, ਜਿਹੜੀ ਤੁਸੀਂ ਚਾਹੁੰਦੇ ਹੋ ਮੈਂ ਨਹੀਂ ਹੋਣ ਦੇਣੀ? ਹਾਂਜੀ, ਬਸ ਇਹੀ ਸਾਡੇ ਜਿਹੜੀ ਖੇਤ ਪੈ ਗਏ ਨੇ, ਜਦੋਂ ਸਾਡੀ ਜ਼ਿਮੀਦਾਰਾਂ ਦੀ ਖੇਤ ਪੈ ਜਾਂਦੀ ਹੈ, ਜੇ ਲੰਘ ਜਾਣ ਤਾਂ ਟਰੱਕੇ ਹੀ ਲੰਘ ਜਾਣ, ਪਹਿਲਾਂ ਤਾਂ ਕੋਈ ਗੱਲ ਨੀ ਕਰਨੀ, ਜਦੋਂ ਮੁੜ ਕੇ ਲੜਨ ਲੱਗਣਾ ਭਾਵੇਂ ਤਾਂ ਸਾਰਾ ਰੁਪਈਆਂ ਤੇ ਲੜੀ ਜਾਣ। ਇਹ ਇਕੱਲੀ ਜ਼ਮੀਨ ਦੀ ਗੱਲ ਨੀ, ਇਹ ਪੰਜਾਬੀਆਂ ਦੀ ਜਿੱਦ ਹਰ ਕੰਮ ਦੇ ਵਿੱਚ ਹੈਗੀ ਆ, ਪਰਿਵਾਰਾਂ ਦੇ ਵਿੱਚ ਜਿੱਦ। ਸਭ ਤੋਂ ਮਾੜੀ ਗੱਲ ਜਿਹੜੀ ਹੈਗੀ ਜੀ ਕਿ ਪਰਿਵਾਰਾਂ ਦੇ ਵਿੱਚ ਇਹ ਜਿੱਦ ਇਸ ਕਦਰ ਘਰ ਕਰ ਗਈ ਹੈ ਕਿ ਪਰਿਵਾਰਾਂ ਦੇ ਪਰਿਵਾਰ ਜਿਹੜੇ ਉਹ ਟੁੱਟੀ ਜਾਂਦੇ ਨੇ। ਬਿਲਕੁਲ ਬਿਲਕੁਲ, ਕਹਿੰਦਾ ਪੈਸੇ ਪਿੱਛੇ ਤੁਸੀਂ ਕਾਹਤੋਂ ਟੋਟਾ ਆਪਣਿਆਂ ਤੋਂ ਬਹਿ ਗਏ, ਸੋਚ ਕੇ ਤਾਂ ਦੇਖੋ ਪੈਸਾ ਕਿਹੜੇ ਕਿਹੜੇ ਨਾਲ ਲੈ ਗਏ, ਖਾਲੀ ਹੱਥ ਕਰ ਗਿਆ ਸੀ ਦੁਨੀਆਂ ਦਾ ਸਿਕੰਦਰ, ਉਸਾਰੇ ਸੀ ਜੋ ਮਹਿਲ ਹੌਲੀ ਹੌਲੀ ਇੱਕ ਦਿਨ ਢਹਿ ਗਏ, ਪਾਣੀ ਦੇ ਬੁਲਬਲੇ ਜਿੰਨੀ ਕਾਤ ਪਤਾ ਬੰਦੇ ਤੇਰੀ, ਸਮੁੰਦਰਾਂ ਦੇ ਕਬਜ਼ਾ ਕਰਨ ਦੇ ਚੱਕਰ ਨੇ ਕਾਹਨੂੰ ਪੈ ਗਏ, ਰੱਖਿਓ ਗਰੀਬਾਂ ਮਜ਼ਲੂਮਾਂ ਦੇ ਸਿਰਾਂ ਉੱਤੇ ਹੱਥ ਸਦਾ, 23 ਸਦੀਆਂ ਪਹਿਲਾਂ ਗੁਰੂ ਪੀਰ ਗੁਰਬਾਣੀ ਵਿੱਚ ਕਹਿ ਗਏ, ਹਰ ਇੱਕ ਮੂੜ ਉੱਤੇ ਨਵੇਂ ਫੱਟ ਦਿੱਤੇ ਜਗ ਚੰਦਰੇ ਨੇ, ਬਲਜਿੰਦਰ ਵੱਡੇ ਦਿਲ ਵਾਲੇ ਜਿਹੜੇ ਇੰਨਾ ਕੁੱਝ ਸਹਿ ਗਏ, ਬਲਜਿੰਦਰ ਵੱਡੇ ਦਿਲ ਵਾਲੇ ਜਿਹੜੇ ਇੰਨਾ ਕੁੱਝ ਸਹਿ ਗਏ। ਬਿਲਕੁਲ ਜੀ, ਇਹਨਾਂ ਚੀਜ਼ਾਂ ਤੋਂ ਅਸੀਂ ਥੋੜ੍ਹੀ ਬਹੁਤ ਵੀ ਸਿੱਖਿਆ ਲਈਏ ਸਾਰੇ ਵਿੱਚ, ਮੈਂ ਵੀ ਆਉਣਾ ਕਿ ਮੈਂ ਥੋੜ੍ਹੀ ਬਹੁਤ ਵੀ ਸਿੱਖਿਆ ਲਈਏ ਤਾਂ ਸਾਡੇ ਪਰਿਵਾਰਾਂ ਦੇ ਵਿੱਚ ਥੋੜ੍ਹਾ ਬਹੁਤ ਪਿਆਰ ਰਹਿ ਸਕਦਾ। ਮੇਰੇ ਵੱਲ ਆ, ਕਹਿੰਦਾ ਮੇਰੇ ਵੱਲ ਆ, ਇੱਕ ਜਿਹੜਾ ਕਹਿੰਦਾ ਸੀ ਉਹਨੂੰ ਵੇਚ ਦਿੱਤੀ, ਬੋਰ ਵੱਢ ਲਈ ਉਹਨਾਂ ਵਪਾਰੀਆਂ ਨੇ, ਜਦੋਂ ਲੱਦਣ ਆਇਆ ਦੂਆ ਰੋਕਣ ਚਲ ਗਿਆ, ਉਹਨੂੰ ਮੋੜੀ ਕੱਢੀ ਗੱਡੇ ਉਸੇ ਦੀ, ਉਹਦੇ ਮਾਰੀ ਇੱਕ ਭਰਾ ਮਰ ਗਿਆ ਤੇ ਜੇਲ੍ਹ ਹੋ ਗਈ, ਬੋਰ ਹਜੇ ਵੀ ਉੱਥੇ ਪਈ ਬੰਨੇ ਤੇ। ਇਹਨਾਂ ਚੀਜ਼ਾਂ ਦਾ ਹੱਲ ਕਦੋਂ ਹੋਊਗਾ? ਕੀ ਹੋਊਗਾ? ਚਲੋ ਮਿਹਰਬਾਨੀ, ਬਹੁਤ ਮਿਹਰਬਾਨੀ ਤੁਹਾਡੀ ਗੱਲਬਾਤ ਕਰਨ ਵਾਸਤੇ। ਹੈਲੋ 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 ਜੱਗੀ ਜੀ, ਸਤਿ ਸ੍ਰੀ ਅਕਾਲ, ਮੈਂ ਗੁਰਮੇਸ਼ ਸਿੰਘ ਫਰੀਨੋ ਤੋਂ ਬੋਲਦਾ ਜੀ। ਸਤਿ ਸ੍ਰੀ ਅਕਾਲ ਸਾਹਿਬ ਗੁਰਮੇਸ਼ ਸਿੰਘ ਜੀ, ਹਾਂਜੀ ਕੀ ਕਹਿਣਾ ਚਾਹੁੰਦੇ ਜੀ? ਮੈਂ ਕਹਿਣਾ ਇਹ ਚਾਹੁੰਦਾ ਵੀ ਇਹ ਜਿਹੜਾ ਕਾਨੂੰਨ ਸੀ ਨਾ, ਵੀ ਮੁੰਡਾ ਜੰਮੇ ਤੇ ਜ਼ਮੀਨ ਵੰਡੀ ਜਾਂਦੀ ਹੈ 1960 ਤੋਂ ਪਹਿਲਾਂ ਹੀ ਜੀ, ਠੀਕ ਹੈ,
1960 ਤੋਂ ਬਾਅਦ ਤੇ ਕੁੜੀ ਜੰਮੇ ਤੇ ਫੇਰ ਵੀ ਵੰਡੀ ਜਾਂਦੀ ਸੀ। ਅੱਛਾ, ਇਹ ਇਹ ਮੇਰੇ ਖਿਆਲ ਅਜੇ ਨਹੀਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਹੈਗਾ ਕੁੜੀਆਂ ਨੂੰ ਜ਼ਮੀਨ ਦੇਣ ਦਾ, ਕਿ ਹੈਗਾ ਸਾਰੇ ਹੀ ਹੁਣ? ਲੋ ਵੀ ਇਹ ਤੁਹਾਨੂੰ ਅਜੇ ਤੱਕ ਪਤਾ ਨਹੀਂ, ਹੁਣ ਕੁੜੀ ਵੀ ਬਰਾਬਰ ਦੀ ਹੱਕਦਾਰ ਆ, 1960 ਤੋਂ ਬਾਅਦ ਇੱਕ ਨੂਰ ਬਣ ਗਿਆ ਕਾਨੂੰਨੀ ਤੌਰ ਤੇ ਹੋ ਗਿਆ ਬਰਾਬਰ। ਹਾਂਜੀ ਹਾਂਜੀ, ਕਾਨੂੰਨੀ ਤੌਰ ਤੇ ਕਈ ਕੁੜੀਆਂ ਲੈ ਵੀ ਗਈਆਂ। ਹਾਂਜੀ ਹਾਂਜੀ ਹਾਂਜੀ, ਤੇ ਪਰ ਕਈ ਕੁੜੀਆਂ ਨੇ ਵੀ ਨਹੀਂ ਲਈਆਂ ਜੇ ਬਾਹਰ ਆ ਗਏ ਆ ਤੇ। ਕਈਆਂ ਨੇ ਨਹੀਂ ਲਈਆਂ, ਪਰ ਕਈ ਜਾ ਕੇ ਫਿਰ ਹੱਕ ਜਿਤਾਉਂਦੇ ਹੈਗੇ ਆ, ਉਹ ਵੀ ਥੋੜੇ ਜਿਹਾ ਹੱਕ ਜਿਤਾਉਂਦੇ ਆ। ਬਸ ਇਹੋ ਹੀ ਗੱਲ ਆ ਵੀ ਇਹ ਸੋਚ ਦੀ ਗੱਲ ਆ, ਹੱਕ ਜਿਤਾਉਣਾ। ਵੇਖੋ ਹਰ ਇੱਕ ਬੰਦੇ ਦਾ ਜੇ ਤੇ ਕੋਪਰੇਸ਼ਨ ਰਹਿੰਦੀ ਆ ਤੇ ਫਿਰ ਸਭ ਕੁਛ ਠੀਕ ਆ ਜੀ। ਉਹ ਵੇਖੀ ਆ ਨਾ ਮੂਵੀ ਜਿਹੜੀ, ਉਹਦੇ ਵਿੱਚ ਆਈ ਆ ਤੇ ਉਹ ਆਉਂਦੇ ਆ ਵੀ ਹੁਣ ਤੇਰੀ ਜ਼ਮੀਨ ਕਿੱਥੇ ਆ, ਹੁਣ ਤੂੰ ਜਾ ਉੱਥੇ। ਅੱਛਾ, ਜਿਹਦੇ ਪਿਆਰ ਨਾਲ ਹਰ ਇੱਕ ਚੀਜ਼ ਜਿੱਤੀ ਜਾ ਸਕਦੀ ਹੈ, ਜੇ ਤੁਸੀਂ ਨਫਸ ਨਾਲ ਜਿੱਤ ਜਿਹਦੇ ਤੇ ਫੇਰ ਹੀ ਜਿੱਤੀ ਜਾਂਦੀ ਹੈ। ਹਾਂ, ਮਤਲਬ ਜਿੱਦ ਦੇ ਵਿੱਚ ਆਪਣੇ ਬੰਦੇ ਆ ਜਾਂਦੇ ਜਦੋਂ ਉਦੋਂ ਜਿੱਦ ਦੇ ਵਿੱਚ ਆਣ ਕੇ ਤੁਸੀਂ ਨੁਕਸਾਨ ਉਹ ਤੋਂ ਜ਼ਿਆਦਾ ਕਰ ਜਾਂਦੇ, ਜਿੰਨੇ ਦੀ ਚੀਜ਼ ਹੁੰਦੀ ਆ ਉਹ ਤੋਂ ਜ਼ਿਆਦਾ ਸਾਡਾ ਜਿਹੜਾ ਖਰਚਾ ਹੋ ਜਾਂਦਾ। ਉਦੋਂ ਫਿਰ ਕੋਈ ਰਿਸ਼ਤਾ ਨਾਤਾ ਨਹੀਂ, ਅਸੀਂ ਦੇਖਦੇ ਵੀ ਸਾਡੇ ਮੂਹਰੇ ਕੌਣ ਹੈ, ਜਦੋਂ ਦਿਮਾਗ ਦੇ ਵਿੱਚ ਚੀਜ਼ ਬੈਠ ਜਾਂਦੀ ਹੈ ਤੇ ਫਿਰ ਕੰਮ ਖਰਾਬ ਹੁੰਦਾ ਹੈ। ਖਰਾਬ ਹੋ ਜਾਂਦਾ, ਨਾਲੇ ਫਿਰ ਹੈਗੀ ਆ ਨਾ ਕਹਾਵਤ ਵੀ ਜੱਟ ਗੰਨਾ ਨਹੀਂ ਦਿੰਦਾ ਰੋੜੀ ਦਿੰਦਾ। ਰੋੜੀ ਦੇ ਦੂ, ਮਿਹਨਤ ਕਰਕੇ ਛਿੱਲ ਕੇ ਉਹਨੂੰ ਕੀ ਰਸ ਕੱਢ ਕੇ ਗੁੜ ਬਣਾ ਕੇ, ਹਾਲਾਂਕਿ ਉਹ ਗੰਨਾ ਇੱਕ ਹੁੰਦਾ ਤੇ ਜਿਹੜੀ ਰੋੜੀ ਬਣਨੀ ਉਹ ਮੇਰੇ ਖਿਆਲ ਇੱਕ ਦੋ ਗੰਨਿਆਂ ਦੀ ਬਣਨੀ ਹੁੰਦੀ। ਉਹ ਕਿੰਨੇ ਗੰਨਿਆਂ ਤੋਂ ਬਣਨੀ ਆ। ਚਲੋ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਗੁਰਵੇਦ ਸਿੰਘ ਜੀ, ਬੜੀਆਂ ਵਧੀਆ ਗੱਲਾਂ ਬਾਤਾਂ ਚੱਲ ਰਹੀਆਂ ਤੁਹਾਡੇ ਨਾਲ। ਔਰ ਵਾਕਈ ਇਹ ਚੀਜ਼ ਹੈਗੀ ਆ, ਜਿੱਦ ਜਿਹੜੀ ਹੈ ਜਿੱਦ ਮਰਵਾਉਂਦੀ ਹੈ, ਔਰ ਚੁੱਕਣ ਨੂੰ ਕੋਈ ਵੀ ਨਹੀਂ ਤਿਆਰ ਹੁੰਦਾ। ਖੂਨ ਇੱਕੋ ਹੀ ਹੁੰਦਾ ਸਾਰੇ, ਉਹ ਵੀ ਖੂਨ ਉਸੇ ਹੀ ਹੁੰਦਾ, ਉਹ ਵੀ ਖੂਨ ਉਸੇ ਦਾ ਹੀ ਹੁੰਦਾ, ਅਤੇ ਉਹ ਫਿਰ ਚੁੱਕਣ ਨੂੰ ਕੋਈ ਵੀ ਤਿਆਰ ਨਹੀਂ ਹੁੰਦਾ, ਔਰ ਉਹਦੇ ਨਤੀਜੇ ਬਹੁਤ ਬੁਰੇ ਨਿਕਲਦੇ ਆ। ਮੁੱਕਦੀ ਗੱਲ ਇਹ, ਆਪਾਂ ਇੱਧਰਲੋ ਜਿਹੜੇ ਲੋਕ ਹੈਗੇ ਨੇ ਸਾਡੇ ਦੋਸਤ ਮਿੱਤਰ ਭੈਣ ਭਰਾ ਕੋਈ ਵੀ ਹੈਗਾ ਜਿਹਨਾਂ ਦਿਮਾਗ 'ਚ ਇਹ ਚੀਜ਼ ਹੈਗੀ ਆ, ਆਪਦੇ ਦਿਮਾਗ 'ਚ ਜਾਂ ਕਿਸੇ ਦੇ ਕਹੇ ਕਹਾਏ ਹੈ ਉਹਨੂੰ ਦਿਮਾਗ 'ਚੋਂ ਕੱਢ ਦੇਣਾ ਚਾਹੀਦਾ, ਕਿ ਜੋ ਪਰਮਾਤਮਾ ਦਾ ਦਿੱਤਾ ਜਿੱਥੇ ਪਰਮਾਤਮਾ ਨੇ ਰੱਖਿਆ ਉਹਦਾ ਸ਼ੁਕਰ ਕਰਨਾ ਚਾਹੀਦਾ। ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਜੀ, ਬ੍ਰੇਕ ਤੋਂ ਬਾਅਦ ਪ੍ਰੋਗਰਾਮ ਦੀ ਹੁਣ ਸਮਾਪਤੀ ਕਰਨੀ ਪੈਣੀ ਹੈ, ਸਮਾਂ ਅੱਗੇ ਆ ਗਿਆ, ਹੋਰ ਨਹੀਂ ਦਿੰਦਾ। ਸੋ ਮੁੱਕਦੀ ਗੱਲ ਇਹੀ ਹੈ ਜੀ, ਵੀ ਛੋਟੀ ਛੋਟੀਆਂ ਗੱਲਾਂ ਨੂੰ ਅਗਰ ਕੋਸ਼ਿਸ਼ ਕਰੀਏ ਭੁੱਲਣ ਭੁਲਾਉਣ ਦੀ, ਮੈਂ ਵੀ ਕਹਿ ਦਿੰਦਾ ਪਰ ਮੇਰੇ ਵੀ ਕਈ ਵਾਰੀ ਇਹੋ ਜਿਹੀਆਂ ਗਲਤੀਆਂ ਹੋ ਜਾਂਦੀਆਂ ਹੋਣਗੀਆਂ, ਪਰਿਵਾਰਾਂ ਦੇ ਵਿੱਚ ਹੋ ਜਾਂਦੀਆਂ, ਸਾਡੇ ਵੀ ਹੋਈ ਸੀ, ਪਰ ਸਾਡੇ ਪਰਮਾਤਮਾ ਦੀ ਕਿਰਪਾ ਨਾਲ ਦੀ ਨਾਲ ਜਿਹੜੀ ਉਹ ਵਾਈਂਡ ਅਪ ਹੋ ਗਈ ਸੀ ਅਤੇ ਨਾਲ ਦੀ ਨਾਲ ਸਾਰਾ ਕੁਛ ਹੁਣ ਹੈਗਾ ਠੀਕ। ਸੋ ਸਾਰਾ ਕੁਛ ਠੀਕ ਰੱਖਣ ਵਾਸਤੇ ਇੱਕ ਧਿਰ ਨੂੰ ਥੋੜ੍ਹਾ ਜਿਹਾ ਸੋਚਣ ਦੀ ਲੋੜ ਹੈ। ਇੱਕ ਮੈਂ ਸੀਰੀਅਲ ਦੇਖਦਾ ਹੁੰਦਾ ਸਾਈਂ ਜੀ ਕਈ ਵਾਰੀ, ਅਤੇ ਉਹਦੇ 'ਚ ਉਹ ਕਹਿੰਦੇ ਵੀ ਸਬਰ, ਸਬੂਰੀ ਅਤੇ ਵਿਸ਼ਵਾਸ, ਸ਼ਰਧਾ ਅਤੇ ਸਬੂਰੀ, ਦੋ ਚੀਜ਼ਾਂ ਅਗਰ ਅਸੀਂ ਰੱਖਦੇ ਹਾਂ ਕਿਸੇ ਵੀ ਚੀਜ਼ 'ਚ, ਸੋਚ ਲੈਂਦੇ ਹਾਂ ਤਾਂ ਸਾਨੂੰ ਉਹਦਾ ਹੱਲ ਜ਼ਰੂਰ ਮਿਲ ਜਾਂਦਾ। ਸੋ ਇਹੋ ਜਿਹੇ ਪਰਿਵਾਰਾਂ ਦੇ ਜਿਹੜੇ ਰਿਸ਼ਤੇ ਨੇ ਉਹਨਾਂ ਨੂੰ ਸਾਂਭਣ ਸੰਭਾਲਣ ਵਾਸਤੇ ਜ਼ਰੂਰ ਸਾਨੂੰ ਪਹਿਲ ਕਰਨੀ ਚਾਹੀਦੀ, ਖਾਸ ਤੌਰ 'ਤੇ ਬਾਹਰਲੇ ਮੁਲਕਾਂ ਵਿੱਚ ਬੈਠੇ ਸਾਡੇ ਪੰਜਾਬੀਆਂ ਨੂੰ। ਅਖੀਰ ਉਮੀਦ ਕਰਦੇ ਅੱਜ ਦਾ ਪ੍ਰੋਗਰਾਮ ਵੀ ਤੁਹਾਨੂੰ ਵਧੀਆ ਲੱਗਿਆ ਹੋਏਗਾ। ਈਮੇਲ ਕਰ ਸਕਦੇ ਹੋ jaggi@chassbroadcasting.com ਜਾਂ ਫਿਰ info@chassbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ ਤੋਂ ਇਲਾਵਾ ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ, ਕੋਈ ਜਾਣਕਾਰੀ ਦੇਣੀ ਚਾਹੁੰਦੇ ਹੋ ਜਾਂ ਜਾਣਕਾਰੀ ਲੈਣੀ ਚਾਹੁੰਦੇ ਹੋ, 209-400-50-33-62। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ। ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ।